ਦੀਵਾਨਾ ਜੀ, ਹਿੰਦੁਸਤਾਨ ਦੀ ਤਾਰੀਖ, ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ, ਕਿਤਾਬਾਂ ਆਪਣੀ ਜਗ੍ਹਾ, ਪਰ ਉਹ ਸਾਰੀ ਜਿਹੜੀ ਬਿਰਤਾਂਤ ਹੈ, ਉਹਦਾ ਜਿਹੜਾ ਇੱਕ ਜਿਉਂਦਾ ਜਾਗਦਾ ਰੂਪ, ਉਹ ਸਾਡੇ ਲਈ ਤੁਸੀਂ ਹੈਗੇ। ਕਮਾਲ ਹੈ ਜੀ, ਮੈਂ ਤਾਂ ਜਿਸ ਤਰ੍ਹਾਂ ਕਹਿੰਦੇ ਤੁਹਾਡਾ ਪਿਆਰ ਹੈ ਆਪਣਾ। ਵੈਸੇ ਉਹ ਦੀਵਾਨਾ ਜੀ, ਬਸ ਇਹ ਜ਼ਿੰਦਗੀ ਦੀ ਜਿਹੜੀ ਕਹਾਣੀ ਹੈ, ਇਨਸਾਨ ਦੀ ਕਿਵੇਂ ਸ਼ੁਰੂ ਹੁੰਦੀ ਹੈ, ਕੀ ਉਹ ਅੱਗੇ ਤੁਰਦੀ ਹੈ, ਅਤੇ 1922-15 ਜੂਨ ਤੁਹਾਡਾ ਜਨਮ ਤਾਰੀਖ ਹੈ ਜੀ। ਅਤੇ ਤੁਸੀਂ ਜ਼ਿਕਰ ਕੀਤਾ ਕਿ 6 ਸਾਲ ਦੇ ਸੀ ਜਦੋਂ ਪਰਿਵਾਰ ਵੱਡੇ ਮਹੀਨੇ ਤੋਂ ਅਹਿਮਦਗੜ ਹੈ ਜੀ। ਉਹ ਦੱਸੋ ਡਾਕੇ ਦੀ ਤੁਹਾਨੂੰ ਕੀ ਯਾਦਾਸ਼ਤ ਹੈ ਜਿਹੜਾ ਘਰ ਪਿਆ, ਜਿਹਨੇ ਫਿਰ ਪਰਿਵਾਰ ਨੂੰ ਅਹਿਮਦਗੜ ਲੈ ਕੇ ਆਉਂਦਾ ਜੀ? ਇਸ ਤਰ੍ਹਾਂ ਮੇਰੇ ਸਤਾਰੇ ਸਾਥੀ, ਮੇਰੀ ਡਾਕੂ ਆਏ ਸ਼ਾਮ ਨੂੰ 4 ਵਜੇ ਜੀ, ਅਤੇ ਉਹਨਾਂ ਨੇ ਆਉਂਦੇ ਹੀ ਮੇਰੇ ਪਿਤਾ ਜੀ ਲਾ ਬਿਰਜੀ ਲਾਲ ਜੀ, ਵੈਸੇ ਜਿਹੜੇ ਕਿ ਬਹੁਤ ਦਲੇਰ ਸੀ ਔਰ ਬਹੁਤ ਤਾਕਤਵਰ ਸਨ ਵੈਸੇ, ਅਤੇ ਉਹਨਾਂ ਦੇ ਆਉਣ ਸਾਰ ਗੋਲੀਆਂ ਮਾਰੀਆਂ 2 ਜੀ। ਉਹ ਇੱਕ ਆਪ ਸਮਝੋ ਪੱਟ ਦੇ ਵਿੱਚ ਹੀ ਨਿਕਲ ਗਏ, ਸਾਰੀ ਐਡਮੀ ਨਿਕਲ ਗਈ, ਅਤੇ ਉੱਥੇ ਇੱਕਦਮ ਵੈਸੇ ਵੀ ਮੈਂ ਉਹਨਾਂ ਨੂੰ ਫੜਾਂ, ਵੈਸੇ ਬਹਾਦਰ ਸਨ ਅਤੇ ਪੈਰ ਥੱਲੇ ਨਾ ਲੱਗਿਆ ਜਿਹਦੇ, ਵੈਸੇ ਲੋਕ ਕਾਫੀ ਨਿਕਲ ਗਿਆ ਤਾਂ ਉਹ ਗਿਰ ਪਏ ਵੈਸੇ ਆਉਂਦੇ। ਫਿਰ ਇਹਨੇ ਨੂੰ ਡੇਲੋ ਵਾਲੀ ਪੁਲਿਸ ਜਦੇ ਪਹੁੰਚ ਗਈ ਸੀ, ਡਾਕਟਰ ਨਾਲ ਪਹੁੰਚ ਗਈ ਸੀ, ਉਹਨਾਂ ਨੇ ਜਿਹੜੇ ਕਾਰ 'ਚ ਪਾ ਕੇ ਉਹਨਾਂ ਨੇ ਜਦੇ ਡੇਲੋ ਲੈ ਆਉਂਦਾ ਵੈਸੇ ਹਸਪਤਾਲ 'ਚ ਦਾਖਲ ਕਰਵਾ ਦਿੱਤੇ। ਉੱਥੇ ਵੀ 1-2 ਮਹੀਨੇ ਤੋਂ ਬਾਅਦ ਉਹਨਾਂ ਨੂੰ ਲੈ ਆਉਂਦਾ ਘਰ। ਮੈਂ ਉਸ ਵਕਤ, ਮੇਰੀ ਉਮਰ 6 ਸਾਲ ਦੀ ਸੀ ਜੀ, ਮੈਂ ਬਾਬਾ ਜੀ ਦੇ ਨਾਲ ਆਪਣੇ ਕੋਠੇ ਦੇ ਚਵਾਰੇ 'ਤੇ ਪਿਆ ਸੀ। ਜਦੋਂ ਗੋਲੀ ਦੀ ਆਵਾਜ਼ ਸੁਣ ਕੇ ਮੇਰੇ ਬਾਬਾ ਜੀ ਆਉਣ ਲੱਗੇ ਤਾਂ 2-3 ਜ਼ਿਮੀਂਦਾਰਾਂ ਨੇ ਕਿਹਾ ਵੀ ਬਾਬਾ ਜੀ ਡਾਕੂ ਨੇ, ਉਹਨਾਂ ਨੇ ਸਾਨੂੰ ਇੱਕ ਹੋਰ ਜ਼ਿਮੀਂਦਾਰ ਦੇ ਘਰ ਜਾ ਕੇ ਲੁਕੋਤਾ ਗਏ ਸੀ। ਉੱਥੋਂ ਡਾਕਾ ਪੈਣ ਤੋਂ ਬਾਅਦ ਨਿਕਲੇ, ਮੈਨੂੰ ਤਾਂ ਕੁਛ ਪਤਾ ਨਹੀਂ ਸੀ, ਹੋਸ਼ ਨਹੀਂ ਸੀ, ਉਹ 6 ਸਾਲ ਦੀ ਉਮਰ ਸੀ। ਉਸ ਤੋਂ ਬਾਅਦ 1 ਮਹੀਨੇ ਬਾਅਦ ਅਸੀਂ ਅਹਿਮਦਗੜ ਆ ਗਏ। ਮੇਰੇ ਪਿਤਾ ਜੀ ਦੇ ਗੋਲੀਆਂ ਲੱਗੀਆਂ, ਦੋ ਉਹ ਡੇਲੋ ਹਸਪਤਾਲ ਵਿੱਚ ਦਾਖਲ ਸਨ ਜੀ ਜੀ। ਅਤੇ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਬਈ 10 ਸਾਲ ਦੀ ਉਮਰ ਦੇ ਵਿੱਚ ਫਿਰ ਮੈਨੂੰ ਉੱਥੇ ਅਹਿਮਦਗੜੇ ਸਕੂਲ 'ਚ ਦਾਖਲ ਕਰਵਾਇਆ, ਪਬਲਿਕ ਸਕੂਲ ਸੀ ਅਹਿਮਦਗੜ। ਵੈਸੇ ਹਾਲਤ ਸੀ ਜੀ, ਉਸਦੇ ਸਕੂਲ ਦੀ ਬਿਲਡਿੰਗ ਸੀ, ਤੰਬੂ ਸੀ, ਨਾ ਤੰਬੂ ਤਾਂ ਨਹੀਂ ਸੀ, ਠੀਕ ਠਾਕ ਜਿਵੇਂ ਪਏ ਹੁੰਦੇ। ਵੈਸੇ ਬੋਰਡਿੰਗ ਸੀ ਜੀ ਜਿੱਥੇ ਰਿਹਾਇਸ਼ ਸੀਗੇ। ਅੱਛਾ, ਉਹ ਬੋਰਡਿੰਗ ਦੇ ਵਿੱਚ 4 ਜਮਾਤਾਂ ਤੱਕ ਸਕੂਲ ਸੀ, ਉੱਥੇ ਦਾਖਲ ਕਰਵਾਤਾ। ਅਤੇ ਘਰ ਇੱਕ ਪਹਿਲਾਂ ਹੀ ਸੀ ਲਿੱਤਾ ਹੋਇਆ ਬਜ਼ੁਰਗਾਂ ਦਾ, ਚਵਾਰੇ ਤੋਂ ਬਿਨਾਂ ਜਾਣੀ ਉੱਥੇ ਰਿਹਾਇਸ਼ ਅਖਤਿਆਰ ਕਰ ਲਿੱਤੀ ਹੈ। ਅਤੇ ਉਸ ਤੋਂ ਬਾਅਦ ਫਿਰ ਮੈਂ 9ਵੀਂ ਤੱਕ ਉਸ ਸਕੂਲ 'ਚ ਪੜ੍ਹਿਆ ਜੀ। 9ਵੀਂ 'ਚ ਫਿਰ ਉੱਥੇ ਆਪਣੇ ਸਮਝੋ 41 ਦੇ ਵਿੱਚ ਇਹ ਸੱਤਿਆਗ੍ਰਹਿ ਫੁੱਟਬਾਲ ਨੂੰ ਪੈਰ ਸਕੂਲ 'ਚ ਲੱਗਿਆ। ਹਾਂਜੀ, ਸਕੂਲ 'ਚ ਵੈਸੇ ਜੀ ਫੁੱਟਬਾਲ ਲੱਗਿਆ ਖੇਡਣ। ਫੁੱਟਬਾਲ ਦੇ ਵਿੱਚ ਵੀ ਮੈਂ, ਮੇਰੇ ਸਤਿਕਾਰਯੋਗ ਸਾਥੀ ਜੀ, ਮੈਂ 1 ਨੰਬਰ 'ਤੇ ਸੀ, ਯਾਨੀ ਇੱਕ ਦਫ਼ਾ ਫੁੱਟਬਾਲ ਮੇਰੇ ਕੋਲ ਆ ਜਾਵੇ ਤਾਂ ਗੋਲ ਕਰੇ ਬਗੈਰ ਮੈਂ ਕਿਸੇ ਨੂੰ ਬਾਹਰ ਨਹੀਂ ਸੀ ਦਿੰਦਾ ਜੀ। ਦੀਵਾਨਾ ਜੀ, ਕੋਈ ਤੁਹਾਡੇ ਜਿਹੜੇ ਹਮ ਜਮਾਤੀ ਦੋਸਤ ਮਿੱਤਰ, ਉਹ ਸਕੂਲ ਦੀ 9ਵੀਂ ਜਮਾਤ ਤੱਕ ਕੋਈ ਐਸੀ? ਮੇਰੇ ਜੀ ਸਰਦਾਰ ਹਕੀਕਤ ਸਿੰਘ ਜੀ ਦੇ, ਉਹ ਵੀ ਮਿਸਟਰ ਲਾਜਪਤ ਰਾਏ ਸੀ, ਰੈਸਾ ਮੁਨਸ਼ੀ ਗੁਲਾਬਦਾਸ ਦੇ ਲੜਕੇ, ਅਤੇ ਸਰਦਾਰ ਗੁਰਨਾਮ ਸਿੰਘ ਜੀ, ਸਰਦਾਰ ਬਿਜਨ ਸਿੰਘ ਜੀ ਦੇ ਲੜਕੇ, ਉਹ ਕੈਪਟਨ ਸੀ ਆਪਣੇ ਗੁਰਨਾਮ ਸਿੰਘ ਜੀ,
ਹੁਣ ਵੀ ਉਹ ਵੈਸੇ ਦਿੰਦਾ ਨੇ ਤੇ ਉਹ ਮੇਰੇ ਨਾਲ ਫੁੱਟਬਾਲ ਦੇ ਸਾਥੀ ਸੀ ਔਰ ਮੇਰੇ ਨਾਲ ਪੜ੍ਹਦੇ ਰਹੇ ਵੈਸੇ। ਅਮਰਤ ਲਾਲ ਜੀ ਲਾਜਪਤ ਛੋਟੇ ਸਨ ਉਹ ਵੀ ਖੇਲਦੇ ਰਹੇ ਨੇ ਡਰਪੋਕ ਸਨ ਵੈਸੇ ਫੁੱਟਬਾਲ ਦੀ ਕਿੱਕ ਬੜੀ ਲੰਬੀ ਮਾਰਦੇ ਸਨ ਤੇ ਵੈਸੇ ਡਰਪੋਕ ਨੇ ਬਾਹਰ ਛੱਡ ਦਿੰਦੇ ਸੀ ਜੇ ਕੋਈ ਸਲਿਪ ਕਰਨ ਵਾਲਾ ਉਹਨਾਂ ਕੋਲ ਆ ਜਾਂਦਾ ਸੀ ਵੈਸੇ। ਪਤਾ ਨੀ ਮਾਲਿਕ ਨੇ ਕੀ ਮੇਰੇ ਚੋ ਤਾਕਤ ਦਿੱਤੀ ਆ ਮੇਰੇ ਕੀ ਸ਼ਕਤੀ ਸੀ ਵੀ ਜਿੰਨਾ ਚਿਰ ਮੈਂ ਗੋਲ ਨੀ ਸੀ ਕਰ ਲੈਂਦਾ ਮੈਂ ਬਾਲ ਨੀ ਸੀ ਕਿਸੇ ਨੂੰ ਦਿੰਦਾ ਜੀ ਗੋਲ ਕਰਕੇ ਆ ਕੇ ਫੇਰ ਆ ਕੇ ਆਪਣੇ ਖੜੇ ਹੋ ਜਾਣਾ ਗਰਾਊਂਡ ਕਿਵੇਂ ਸੀ ਆ ਜਾਓ। ਮੁਬਾਰਕ ਅਲੀ ਆਪਣੇ ਮੁਸਲਮਾਨ ਸਨ ਵੈਸੇ ਆਪਣੇ ਮਲੇਰਕੋਟਲੇ ਦੇ ਉਹ ਉਰਦੂ ਪੜ੍ਹਾਉਂਦੇ ਸਨ ਤੇ ਗਿਆਨੀ ਜੀ ਹਿਸਾਬ ਪੜ੍ਹਾਉਂਦੇ ਸਨ ਉਸ ਵਕਤ ਮੈਂ ਉਹਨਾਂ ਕੋਲੋਂ ਹਿਸਾਬ ਪੜ੍ਹਿਆ ਵੈਸੇ ਉਸ ਤੋਂ ਬਾਅਦ ਤਾਂ ਫਿਰ ਮਾਸਟਰ ਸੋਹਣ ਲਾਲ ਵੀ ਪੜ੍ਹਾਉਂਦੇ ਰਹੇ ਕਈ ਆਏ ਆਪਣੇ। ਤੁਸੀਂ ਜ਼ਰੂਰ ਸ਼ਰਾਰਤ ਕਰਦੇ ਹੋਵੋਗੇ ਜਮਾਤ 'ਚ। ਸ਼ਰਾਰਤੀ ਤਾਂ ਜੀ ਮੈਂ ਇੱਕ ਨੰਬਰ ਦੇ ਸੀ ਜੀ ਕਿਸੇ ਦੇ ਚੂੰਡੀ ਵੜ ਕੇ ਪਰੇ ਜਾ ਬੈਠਣਾ ਕਿਸੇ ਦੇ ਠੋਲਾ ਜਿਹਾ ਮਾਰਨਾ ਰਾ ਕੇ ਦੇਖਦੇ ਰਹਿ ਜਾਣਾ ਉਹਨਾਂ ਨੇ ਫਿਰ ਕਹਿ ਦੇਣਾ ਮੈਨੂੰ ਖੜੇ ਕਰ ਦੇਣਾ ਜੀ ਆ ਡੈਸਕਾਂ 'ਤੇ ਡੈਸਕ ਕਹਿੰਦੇ ਡੈਸਕ ਕਰਦੇ ਮੈਂ ਉਹਨਾਂ 'ਤੇ ਖੜੇ ਕਰ ਦੇਣਾ ਵੀ ਖੜੇ ਰਹੋ 10 ਮਿੰਟ ਖੜੇ ਰਹਿਣਾ ਜੀ। ਤੁਹਾਨੂੰ ਕੋਈ ਉਸ ਵੇਲੇ ਦਾ ਉਹ ਕੋਈ ਪਾਠ ਪੜ੍ਹਿਆ ਕਿਸੇ ਕਿਤਾਬ 'ਚ ਕੋਈ ਲੈਸਨ ਕੋਈ ਕਲਾਸ 'ਚ ਗੱਲ ਹੋਈ ਉਸਤਾਦ ਨਾਲ ਕੋਈ ਐਸਾ ਵਾਕਿਆ ਯਾਦ ਆਉਂਦਾ ਦਿਲਚਸਪ? ਕੋਈ ਨਹੀਂ ਜੀ ਮੈਨੂੰ ਐਸਾ ਤਾਂ ਵਾਕਿਆ ਕੋਈ ਨਹੀਂ ਮੈਂ ਪੜ੍ਹਦਾ ਸੀਗਾ ਜੇ ਕਿਤੇ ਨਹੀਂ ਆਉਂਦਾ ਸੀ ਤਾਂ ਮੈਨੂੰ ਕੰਨ ਫੜਾਉਂਦੇ ਸੀ ਕੰਨ ਫੜਾ ਕੇ ਖੜੇ ਬੈਠ ਜਾਂਦੇ ਬੈਠੋ ਜੀ ਕੰਨ ਫੜੋ ਜੀ ਫਿਰ ਛੱਡ ਦੇਣਾ ਜੀ ਰਾ ਕੇ ਫਿਰ ਉਹ ਯਾਦ ਆ ਜਾਣਾ। ਦਰਅਸਲ ਜੀ ਮੈਨੂੰ ਇਸ ਕਰਕੇ ਸਾਰੇ ਪਿਆਰ ਕਰਦੇ ਸੀ ਟੀਚਰ ਵੀ ਮੈਂ ਇਕਦਮ ਬੈਸਟ ਪਲੇਅਰ ਸੀ ਹਸਾਉਂਦਾ ਸੀ ਮੈਨੂੰ ਬਹੁਤ ਜ਼ਿਆਦਾ ਲਤੀਫੇ ਆਉਂਦੇ ਸਨ ਇਸ ਤੋਂ ਇਲਾਵਾ ਮੈਂ ਗਾਉਂਦਾ ਬਹੁਤ ਵਧੀਆ ਸੀਗਾ ਇਸ ਲਈ ਮੇਰੀਆਂ ਸਾਰੀਆਂ ਸ਼ਰਾਰਤਾਂ ਮਾਫ਼ ਕਰ ਦਿੰਦੇ ਸਨ। ਸਕੂਲ ਵੇਲੇ ਦੀ ਕੋਈ ਗੱਲ ਜਿਹੜੀ ਤੁਹਾਨੂੰ ਗਾਉਣ ਦੇ ਸੰਬੰਧ 'ਚ ਯਾਦ ਹੋਵੇ ਜੀ? ਗਾਉਣ ਦੇ ਸੰਬੰਧ ਜਿੱਦਾਂ ਜੀ ਬਥੇਰੇ ਯਾਰ ਨੇ ਮੈਂ ਦੇਸ਼ ਪਿਆਰ ਦੇ ਗੀਤ ਗਾਏ ਨੇ ਜੀ। ਅੱਛਾ ਦੇਸ਼ ਪਿਆਰ ਦਾ ਜਜ਼ਬਾ ਤੁਹਾਨੂੰ ਤਕਰੀਬਨ ਯਾਦ ਆਉਂਦਾ ਕਿ ਕਿਹੜੀ ਜਮਾਤ 'ਚ ਕਿਹੜੀ ਗੱਲ ਮਨ 'ਚ ਬੈਠ ਗਈ? ਮੈਂ ਜੀ ਲਾਜਪਤ ਰਹਿ ਰਾਮਪੁਰ ਦਾ ਸੀ ਉਹ ਗਾਉਂਦਾ ਹੁੰਦਾ ਸੁਖਦੇਵ ਭਗਤ ਸਿੰਘ ਰਾਜਗੁਰੂ ਤੇ ਸ਼ਮਾ ਵਤਨ ਕੇ ਪਰਵਾਨੇ ਅੱਜ ਲੋਕੀ ਘਰ ਘਰ ਗਾਉਂਦੀ ਹੈ ਉਹਨਾਂ ਸ਼ੇਰ ਦਿਲਾਂ ਦੇ ਅਫਸਾਨੇ ਉਹ ਸੁਣ ਕੇ ਮੇਰੇ ਦਿਲ ਦੇ ਵਿੱਚ ਕੋਈ ਜਜ਼ਬਾ ਜਿਹਾ ਪੈਦਾ ਹੋਇਆ ਫਿਰ ਮੈਂ ਆਪ ਲਿਖਣੀਆਂ ਸ਼ੁਰੂ ਕਰਦੀਆਂ ਮੈਨੂੰ ਸ਼ੌਕ ਸੀ ਮੈਂ ਲਿਖਿਆ ਜੀ ਫਿਰ ਅਸਾਂ ਹਿੰਦੁਸਤਾਨੀ ਅਸਾਂ ਹਿੰਦੁਸਤਾਨੀ ਹਿੰਦੁਸਤਾਨ ਸਾਡਾ ਇਸ ਦੀ ਸ਼ਾਨ ਉੱਚੀ ਇਸ ਲਈ ਮਾਨ ਸਾਡਾ ਮੰਦਰ ਮਸਜਿਦ ਗੁਰਦੁਆਰੇ ਗਿਰਜਾ ਘਰ ਸਾਡੇ ਗੀਤਾ ਗ੍ਰੰਥ ਤੇ ਬਾਈਬਲ ਕੁਰਾਨ ਸਾਡਾ ਸਭੇ ਧਰਮ ਨੇ ਇੱਕੋ ਉਪਦੇਸ਼ ਦਿੰਦੇ ਅਰਜ਼ ਕੀਤਾ ਜੀ ਸਭੇ ਧਰਮ ਨੇ ਇੱਕੋ ਉਪਦੇਸ਼ ਦਿੰਦੇ ਵੈਰ ਵਿਰੋਧ ਰੱਖਣਾ ਹੈ ਅਪਮਾਨ ਸਾਡਾ ਗਊ ਗਰੀਬ ਸਰਬੱਤ ਦਾ ਭਲਾ ਚਾਹੇ ਇਹੋ ਧਰਮ ਤੇ ਇਹੋ ਇਮਾਨ ਸਾਡਾ ਅਰਜ਼ ਕੀਤਾ ਜੀ ਵਿਸ਼ੇਸ਼ ਜਿਸ ਘਰ ਵਿੱਚ ਪਿਆਰ ਇਤਫਾਕ ਹੋਵੇ
ਜਿਸ ਘਰ ਵਿੱਚ ਪਿਆਰ ਇਤਫਾਕ ਹੋਵੇ, ਉਸ ਘਰ ਵਿੱਚ ਕਹਿੰਦੇ ਭਗਵਾਨ ਵਸਦੇ। ਦੇਸ਼ ਪਿਆਰ ਕੁਰਬਾਨੀ ਦਾ ਹੋਵੇ ਜਜ਼ਬਾ, ਉਸੇ ਦੇਸ਼ ਦਾ ਹੁੰਦਾ ਨਿਰਮਾਣ ਦੱਸਦੇ। ਅੱਗੇ ਲਿਖਿਆ ਸੀ ਜੀ, ਬਹੁਤ ਮੇਰੇ ਦੇਸ਼ ਦੀ ਮਿੱਟੀ ਪਿਆਰੀ ਹੈ। ਇੱਕ ਹੋਰ ਕਵਿਤਾ ਸੀ ਜੀ, ਮੇਰੇ ਦੇਸ਼ ਦੀ ਮਿੱਟੀ ਪਿਆਰੀ ਹੈ, ਮੈਂ ਇਸ ਤੋਂ ਵਾਰੀ ਜਾਵਾਂਗਾ। ਮੇਰੇ ਦੇਸ਼ ਦੀ ਮਿੱਟੀ ਪਿਆਰੀ ਹੈ, ਮੈਂ ਇਸ ਤੋਂ ਵਾਰੀ ਜਾਵਾਂਗਾ। ਇਸ ਮਿੱਟੀ ਵਿੱਚ ਲਹੂ ਸ਼ਹੀਦਾਂ ਦਾ, ਮੈਂ ਇਸ ਦਾ ਤਿਲਕ ਲਗਾਵਾਂਗਾ। ਇਹ ਧਰਤੀ ਸ਼ਹੀਦ ਊਧਮ ਸਿੰਘ ਦੀ, ਇਹ ਧਰਤੀ ਸ਼ਹੀਦ ਊਧਮ ਸਿੰਘ ਦੀ, ਚੰਦਰ ਸ਼ੇਖਰ, ਇਸ਼ਫਾਕ ਤੇ ਬਿਸਮਿਲ ਦੀ, ਜਿਹਨਾਂ ਫਾਂਸੀ ਰਸਾ ਜੁੰਮਿਆ, ਪਰਵਾਹ ਨਾ ਕਰੀ ਜ਼ੰਜੀਰਾਂ ਦੀ। ਪੂਜਣਯੋਗ ਸਰਾਭੇ ਦੀ ਧਰਤੀ, ਮੈਂ ਉਸਨੂੰ ਸੀਸ ਨਵਾਵਾਂਗਾ। ਇਸ ਮਿੱਟੀ ਵਿੱਚ ਲਹੂ ਸ਼ਹੀਦਾਂ ਦਾ, ਮੈਂ ਇਸ ਦਾ ਤਿਲਕ ਲਗਾਵਾਂਗਾ। ਬਹੁਤ ਬਹੁਤ ਸਹੀ ਜਜ਼ਬਾਤ ਦੀਵਾਨਾ ਜੀ, ਔਰ ਇਹਦੀ ਵਕਤ ਨਾਲ ਲੋੜ ਹੋਰ ਵਧੀ ਜਾਂਦੀ। ਦੀਵਾਨਾ ਜੀ, ਇਹ ਤੁਸੀਂ ਦੱਸਦੇ ਹੋ ਕਿ ਬਸ ਫਿਰ ਉਹ 1941 ਚ ਤੋਂ ਅਸੀਂ ਪਹਿਲੀ ਗ੍ਰਿਫਤਾਰੀ ਨਾਲ ਆਪਣਾ ਆਜ਼ਾਦੀ ਸੰਘਰਸ਼ ਧੂਰਕੋਟ ਵਾਲੀ ਸੜਕ ਤੇ ਜੀ, ਸਰਦਾਰ ਹਰਭਜਨ ਸਿੰਘ ਜੀ ਮੇਰੇ ਸੱਤਿਆਗ੍ਰਹਿ ਦੇ ਆਏ, ਸਾਹਿਰ ਲੁਧਿਆਣ ਵੀ ਆਇਆ, ਤੇ ਇਸ ਤੋਂ ਇਲਾਵਾ ਸਰਦਾਰ ਨਗਿੰਦਰ ਸਿੰਘ ਜਟੋਲੀ ਵਾਲੇ ਆਏ ਜੀ, ਹੋਰ ਬਹੁਤ ਵੀ ਅੱਛੇ ਅੱਛੇ ਲੀਡਰ ਆਪਣੇ ਉੱਤੇ ਪਹੁੰਚੇ, ਤੇ ਮੈਂ ਸੱਤਿਆਗ੍ਰਹਿ ਕੀਤਾ। ਉਸ ਵਕਤ ਮੈਂ ਤੁਹਾਨੂੰ ਦੱਸਿਆ ਵੀ ਚਿਬੜਾਂ ਦਾ ਹਾਰ ਗਲ ਚ ਪਾ ਕੇ ਪਾਇਆ, ਕਈ ਫੁੱਲਾਂ ਦੇ ਹਾਰ ਪਾਏ, ਤੇ ਮੈਨੂੰ ਲਾਲ ਰਾਮ ਜੀ ਦਾ CSI ਦਿਲੋਂ ਗ੍ਰਿਫਤਾਰ ਕੀਤਾ, ਤੇ ਲੁਧਿਆਣੇ ਡਾਕਟਰ ਮਨਸੂਰ ਅਲ ਹਕਨ ਬਾਬਦਾ ਦਾ ਮੈਜਿਸਟਰੇਟ ਦਰਜਾ ਬੱਲੀ ਅਦਾਲਤ ਚੋਂ 6 ਮਹੀਨੇ ਦੀ ਸਜ਼ਾ ਹੋਈ। ਉਸ ਤੋਂ ਬਾਅਦ 5 ਕੁ ਦਿਨ ਲੁਧਿਆਣੇ ਜੇਲ੍ਹ 'ਚ ਠਹਿਰ ਕੇ, ਫਿਰ ਸਾਰੀ ਜਿੰਨੀ ਬਕਾਇਆ ਜੇਲ੍ਹ ਸੀ ਮੇਰੀ 6 ਮਹੀਨੇ। ਦੱਸੋ ਕਿ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਹਰੇਕ ਆਦਮੀ ਨਹੀਂ ਉੱਠ ਕੇ ਸੱਤਿਆਗ੍ਰਹਿ ਕਰ ਸਕਦਾ ਸੀ, ਬੜਾ ਅਸੂਲ ਪ੍ਰਸ਼ਨ। ਉਹ ਐਂ ਸੀ ਜੀ ਵੀ ਕੋਈ ਸ਼ਰਾਬ, ਕੋਈ ਨਸ਼ੀਲੀ ਚੀਜ਼, ਕੋਈ ਫੀਮ, ਕੋਈ ਹੋਰ ਨਸ਼ੀਲੀ ਚੀਜ਼ ਇਸਤੇਮਾਲ ਨਾ ਕਰਦਾ ਹੋਵੇ, ਉਹਨੂੰ ਸੱਤਿਆਗ੍ਰਹਿ ਦੀ ਇਜਾਜ਼ ਮਿਲਦੀ ਸੀ ਵੀ, ਇਸ ਲਈ ਵੀ ਤਾਂ ਕਿ ਜਿਹੜਾ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦਾ ਹੋਊ ਉਹ ਕੱਲ੍ਹ ਨੂੰ ਜੇਲ੍ਹ 'ਚੋਂ ਮਾਫ਼ੀ ਮੰਗ ਕੇ ਵੀ ਆ ਸਕਦਾ, ਉਹਨੂੰ ਇਜਾਜ਼ ਮਿਲਦੀ ਸੀ। ਤੁਸੀਂ ਦੀਵਾਨਾ ਜੀ, ਕੁਛ ਗਾਂਧੀ ਜੀ ਦੀ ਪ੍ਰਾਰਥਨਾ ਦੇ ਸੁਣਦਾ? ਹਾਂਜੀ, ਮੈਂ ਦਿੱਲੀ ਵਿੱਚ ਗਿਆ ਸੀ ਇੱਕ ਦਫ਼ਾ, ਵੈਸੇ ਮੇਰਾ ਉੱਥੇ ਛੋਟਾ ਭਰਾ ਰਹਿੰਦਾ ਸੀ, ਮੈਂ ਸੁਬਹਾ ਉਹਨਾਂ ਨੂੰ ਕਿਹਾ ਵੀ ਮੈਨੂੰ ਉੱਥੇ ਲੈ ਚੱਲੋ, ਉਹ ਕਹਿੰਦੇ ਜੀ ਉੱਥੇ ਗਾਂਧੀ ਆਸ਼ਰਮ 'ਚ ਮਿਲਣਗੇ ਗਾਂਧੀ ਜੀ। ਤਾਂ ਮੈਂ ਪਹੁੰਚਿਆ, ਮਿਲਣ ਤਾਂ ਨਹੀਂ ਜੀ ਕਿਸੇ ਨੇ ਦਿੱਤੇ, ਕਹਿੰਦੇ ਤੁਸੀਂ ਸਭਾ 'ਚ ਉਹਨਾਂ ਦਾ ਦਰਸ਼ਨ ਕਰ ਸਕਦੇ ਹੋ, ਉਹਨਾਂ ਦਾ ਭਾਸ਼ਣ ਸੁਣ ਸਕਦੇ ਹੋ। ਉਹਨਾਂ ਦਾ ਭਾਸ਼ਣ ਮੇਰੇ ਸਤਿਕਾਰਯੋਗ ਸਾਥੀ ਜੀ ਮੈਂ ਸੁਣਿਆ, ਅਤੇ ਜਦੋਂ ਹੀ ਮੇਰੇ ਦਿਲ 'ਚ ਲਗਨ ਲੱਗੀ ਕਿ ਮੈਂ ਵੀ ਆਪਣੀ ਦੇਸ਼ ਦੀ ਆਜ਼ਾਦੀ ਲਈ, ਆਪਣਾ ਜਿਹੜਾ ਜੀਵਨ ਹੈ, ਆਪਣੀ ਜਿਹੜੀ ਜਵਾਨੀ ਹੈ, ਕਿਉਂ ਨਾ ਮੈਂ ਇਸ ਅਰਥ ਲਾ ਰਿਹਾ, ਕਿਉਂਕਿ ਮੈਨੂੰ ਕਵਿਤਾ ਲਿਖਣ ਦਾ ਵੀ ਸ਼ੌਕ ਹੈ, ਮੇਰੀ ਆਵਾਜ਼ ਦੇ ਵਿੱਚ ਅਸਰ ਹੈ, ਉੱਚੀ ਆਵਾਜ਼ ਹੈ, ਲਿਖਣ ਦਾ ਸ਼ੌਕ ਹੈ, ਮੈਂ ਕਿਉਂ ਨਾ ਉਸਨੂੰ ਇਸ ਜਜ਼ਬੇ ਨੂੰ ਉਭਾਰਾਂ ਔਰ ਲੋਕਾਂ ਨੂੰ ਇਸ ਲਈ ਪ੍ਰੇਰਨਾ ਦੇਵਾਂ ਕਿ ਆਓ ਤੁਸੀਂ ਵੀ ਇਸ ਚੰਗੀ ਆਜ਼ਾਦੀ ਵਿੱਚ ਸ਼ਾਮਲ ਹੋਵੋ, ਤਾਂ ਕਿ ਆਪਾਂ ਦੇਸ਼ ਦੀ ਆਜ਼ਾਦੀ ਲੈ ਸਕੀਏ ਔਰ ਇੱਕ ਖੁਸ਼ਹਾਲੀ ਦੀ ਜ਼ਿੰਦਗੀ ਬਸਰ ਕਰ ਸਕੀਏ। ਤੋ ਇਸ ਗ੍ਰਿਫਤਾਰੀ ਤੋਂ ਬਾਅਦ ਤੁਹਾਡਾ ਜਿਹੜਾ ਕਹਿਣਾ ਚਾਹੀਦਾ ਹੈਗਾ ਕਿ ਆਜ਼ਾਦੀ ਦੇ ਜਿਹੜੇ ਸੰਘਰਸ਼ ਕਰਨ ਵਾਲੇ ਉਹ ਪੱਕਾ ਨਾਂ ਤੁਹਾਡਾ ਦਰਜ ਹੋ ਗਿਆ, ਫਿਰ ਕਿਸ ਤਰ੍ਹਾਂ ਸਿਲਸਿਲਾ ਅੱਗੇ ਤੁਰਿਆ? ਹਾਂਜੀ, ਉਸ ਤੋਂ ਬਾਅਦ ਮੈਨੂੰ ਹਰ ਇੱਕ ਫੰਕਸ਼ਨ 'ਤੇ ਬੁਲਾਉਣ ਲੱਗੇ, ਕਿਉਂਕਿ ਮੇਰੀ ਆਵਾਜ਼ ਦੇ ਵਿੱਚ ਤਾਕਤ ਸੀ, ਜ਼ਬਾਨ ਦੇ ਵਿੱਚ ਅਸਰ ਸੀ ਬੋਲਣ ਦਾ ਔਰ ਸੱਚਾਈ ਸੀ, ਅਤੇ ਮੈਨੂੰ ਹਰ ਕਾਨਫਰੰਸ ਦੇ ਵਿੱਚ ਉਹਨੂੰ ਇਨਵਾਈਟ ਕਰਨਾ, ਚਾਹੇ ਉਹ ਬਰਨਾਲੇ ਹੈ, ਚਾਹੇ ਰਾਮਪੁਰੇ ਫੂਲ ਹੈ, ਜਾਂ ਬਠਿੰਡੇ ਹੈ,
ਜਾਂ ਸੰਗਰੂਰ ਹੈ ਜੀ, ਕਿਸੇ ਵੀ ਚਾਹੇ ਆਪਣਾ ਜਗ੍ਹਾ ਜਿਹੜੀ ਹੈ, ਦੂਰ ਦੂਰ ਤੋਂ ਮੈਨੂੰ ਆਪਣੇ ਚਿੱਠੀ ਆਉਂਦੀ, ਵੈਸੇ ਸਾਥੀ ਲੈਣ ਆਉਂਦੇ ਅਤੇ ਮੈਂ ਉੱਥੇ ਪਹੁੰਚਦਾ ਔਰ ਆਪਣੀ ਆਵਾਜ਼ ਦੇ ਨਾਲ, ਤਰਨਮ ਦੇ ਨਾਲ ਆਪਣੀਆਂ ਲਿਖੀ ਹੋਈ ਨਜ਼ਮ ਬੋਲਦਾ, ਜਿਹਨੂੰ ਲੋਕ ਜ਼ਿਆਦਾ ਬਹੁਤ ਜ਼ਿਆਦਾ ਪਸੰਦ ਕਰਦੇ ਔਰ ਮੈਨੂੰ ਬਾਰ ਬਾਰ ਕਹਿੰਦੇ ਕਿ ਤੁਸੀਂ ਇੱਥੇ ਆਉਣਾ ਜੀ, ਕੋਈ ਫੰਕਸ਼ਨ ਹੋਵੇ ਅਸੀਂ ਤੁਹਾਨੂੰ ਬੁਲਾਵਾਂਗੇ। ਪਰਿਵਾਰਕ ਤੌਰ 'ਤੇ ਫਿਰ ਤੁਹਾਡੇ ਨਾਲ ਪਿਤਾ ਜੀ ਨਾਰਾਜ਼ ਹੋਏ, ਪਰ ਬਾਬਾ ਜੀ ਨੇ ਪਿਤਾ ਜੀ ਮੇਰੇ ਨਾਲ ਬਿਲਕੁਲ ਨਾਰਾਜ਼ ਨਹੀਂ ਹੋਏ, ਬਾਬਾ ਜੀ ਨਾਰਾਜ਼ ਹੋਏ ਨਾ ਮਾਤਾ ਜੀ, ਉਹ ਤਾਂ ਕਹਿੰਦੇ ਸੀ ਮੇਰਾ ਪੁੱਤਰ ਮੇਰਾ ਨਾਂ ਕਰ ਰਿਹਾ ਬੇਟਾ ਤੂੰ ਜਿਉਂਦਾ ਰਹਿ। ਮੇਰੇ ਬਾਬਾ ਜੀ ਨੇ, ਕਿਉਂਕਿ ਉਹ ਨਵਾਬ ਪ੍ਰਸਤ ਸਨ, ਨਵਾਬ ਨੂੰ ਕਰਜ਼ਾ ਦਿੰਦੇ ਸੀ 20,000 50,000 ਰੁਪਇਆ, ਉਹਨਾਂ ਨੇ ਕਿਹਾ ਕਿਤੇ ਜਾਇਦਾਦ ਜ਼ਬਤ ਨਾ ਕਰ ਲੈਣ, ਮਕਾਨ ਨਾ ਜ਼ਬਤ ਕਰ, ਉਹਨਾਂ ਨੇ ਮੇਰੇ ਪਿਤਾ ਜੀ ਨੂੰ ਬੇਦਖਲ ਕਰਤਾ। ਉਸੇ ਤਰ੍ਹਾਂ ਮੇਰੇ ਪਿਤਾ ਜੀ ਨੇ ਪਰਵਾਹ ਨਹੀਂ ਮੰਨੀ ਡਾਕੇ, ਹਾਲਾਂਕਿ ਉਹਨਾਂ ਦੀ ਜਗ੍ਹਾ ਹੀ ਗੋਲੀਆਂ ਖਾਧੀਆਂ ਮੇਰੇ ਪਿਤਾ ਜੀ ਨੇ, ਲੇਕਿਨ ਉਹਨਾਂ ਨੇ ਪਰਵਾਹ ਨਹੀਂ ਮੰਨੀ, ਉਹਨਾਂ ਨੇ ਹੱਸਦੇ ਉਸੇ ਤਰ੍ਹਾਂ ਹੀ ਮੈਨੂੰ ਆਪਣੇ ਨਾਲ ਰੱਖਿਆ ਔਰ ਮੈਨੂੰ ਪੂਰਾ ਪਿਆਰ ਦਿੱਤਾ ਔਰ ਮੇਰੇ ਨਾਲ ਮੇਰੇ ਵਾਸਤੇ ਮੇਰੀ ਖੁਸ਼ੀ ਵਾਸਤੇ ਉਸ ਵਾਸਤੇ ਇਹੀ ਬਹੁਤ ਹੁੰਦਾ ਸੀ ਵੀ 4 ਆਨੇ 8 ਆਨੇ ਮੈਨੂੰ ਖਰਚੇ ਨੂੰ ਦੇਣੇ। ਉਹਨਾਂ ਨੇ ਕਿਹਾ ਲੈ ਨਸ਼ਾ ਤਾਂ ਕੋਈ ਚੀਜ਼ ਦਾ ਇਸਤੇਮਾਲ ਦਾ ਨਹੀਂ ਹੈ, ਵੀ ਖਰਚ ਲੈਣੇ ਬਾਜ਼ਾਰ 'ਚ ਜਿਹੜੇ ਕੋਈ ਪਤੰਗ ਲੈ ਲਿਆ ਕੋਈ ਹੋਰ ਚੀਜ਼ ਲੈ ਲਿੱਤਾ, ਐਸਾ ਹੀ ਚੀਜ਼। ਤੁਸੀਂ ਦੱਸਦੇ ਸੀ ਕਿ ਇਹ ਜਿਹੜਾ ਰਿਆਸਤੀ ਨਿਜ਼ਾਮ ਸੀ ਬੇਹੱਦ ਗੰਦੀ ਕਿਸਮ ਦਾ, ਔਰ ਤੁਹਾਨੂੰ ਫਿਰ ਇੱਧਰ ਅੰਗਰੇਜ਼ੀ ਇਲਾਕੇ 'ਚ ਆ ਕੇ ਦੁਕਾਨਦਾਰੀ ਤੁਸੀਂ? ਹਾਂਜੀ, ਉਹ ਮਾਇਆ ਸੀ ਨਾ ਵੀ ਰਿਆਸਤ ਦੇ ਵਿੱਚ ਤਾਂ ਕੋਈ ਇਹੋ ਜਿਹੇ ਸੀ, ਕੋਈ ਉੱਥੇ ਬੋਲ ਨਹੀਂ ਸਕਦਾ ਸੀ, ਕੋਈ ਗੱਲ ਨਹੀਂ ਸੀ ਕਰ ਸਕਦਾ, ਅੰਗਰੇਜ਼ੀ ਇਲਾਕੇ 'ਚ ਆ ਕੇ ਬੋਲਦੇ ਸੀ, ਉੱਥੇ ਗ੍ਰਿਫਤਾਰੀ ਦਿੱਤੀ। ਦੂਸਰੇ ਇਹ ਸੀ ਵੀ ਜਿੰਨਾ ਚਿਰ ਮੈਂ ਤੁਹਾਨੂੰ ਦੱਸਿਆ ਵੀ ਮਲੇਰਕੋਟਲੀ ਜੇਲ੍ਹ 'ਚ ਰੱਖੇ, ਗੰਦੀ ਖੁਰਾਕ, ਨਿਕੰਮਾ ਭੋਜਨ, ਜਿਸ ਤਰ੍ਹਾਂ ਰਿਆਸਤਾਂ ਜੀਵਨ ਹੁੰਦਾ ਵੀ ਉੱਥੇ ਭੁੱਖ ਹੜਤਾਲ ਕੀਤੀ। 5-7 ਦੋਸਤਾਂ ਨੇ ਸਰਦਾਰ ਗੰਡਾ ਸਿੰਘ ਨਾਲ, ਬਿਜਲਾ ਸਿੰਘ ਜੀ ਨਾਲ, ਤ੍ਰਿਲੋਕ ਸਿੰਘ ਜੀ ਹੁੰਦੇ ਕੁਟਾਲੇ ਦੇ, ਇਹਨਾਂ ਸਾਰਾ ਸਾਥੀਆਂ ਨੇ ਭੁੱਖ ਹੜਤਾਲ ਕੀਤੀ। ਉਸ ਤੋਂ ਬਾਅਦ ਫਿਰ ਉਹਨਾਂ ਨੇ ਸਾਨੂੰ ਲਹਿਦਾ ਜੇਲ੍ਹ 'ਚ, ਦੂਸਰੀ ਜੇਲ੍ਹ 'ਚ ਲੈ ਕੇ, ਅਤੇ ਉੱਥੇ ਸਾਨੂੰ ਅੱਛੀ ਖੁਰਾਕ ਵੀ ਮਿਲਣ ਲੱਗ ਗਈ, ਸਭ ਕੁਝ, ਅਤੇ ਘਰਦੇ ਵੀ ਰੋਟੀ ਲੈ ਕੇ ਆਉਂਦੇ ਸੀ, ਉਹਦੀ ਵੀ ਯਾਦ ਦੇ ਸੀ ਵੀ ਅੰਦਰ ਰੋਟੀ ਦੇ ਸਕਦੇ ਨੇ। ਉਹ ਪਹਿਲਾਂ ਸੀ ਜੀ, ਉਸ ਤੋਂ ਬਾਅਦ ਤਾਂ ਫਿਰ ਮੇਰੇ ਮਾਤਾ ਜੀ ਮੇਰੇ ਪਿਤਾ ਜੀ ਆਉਂਦੇ ਸੀ ਬਾਹਰੋਂ, ਦੇ ਕੇ ਚਲੇ ਜਾਂਦੇ ਸੀ ਰੋਟੀ, 2-4 ਮਿੰਟ ਦਿੰਦੇ ਹੁੰਦੇ ਵੀ ਗੱਲਬਾਤ ਕਰ ਲਓ, ਉਸ ਤੋਂ ਬਾਅਦ ਫਿਰ ਸਾਨੂੰ ਅੰਦਰ ਭੇਜ ਦੇਣਾ, ਉਹਨਾਂ ਨੂੰ ਬਾਹਰ ਭੇਜਣਾ, ਉਹਨਾਂ ਨੇ ਦੇਖ ਲੈਣਾ ਵੀ ਮੇਰਾ ਪੁੱਤ ਠੀਕ ਹੈ, ਮੇਰਾ ਬੱਚਾ ਠੀਕ ਹੈ। ਚਲੋ ਇਹਦੇ ਆਪਣੇ ਜਜ਼ਬਾਤ ਨੇ, ਯਾਨੀ ਉਹ ਖੁਸ਼ ਤੇ, ਮੇਰੇ ਤੇ ਨਾਰਾਜ਼ ਨਹੀਂ ਸੀ। ਮੇਰੇ ਬਾਬਾ ਜੀ ਜ਼ਰੂਰ ਤੇ ਉਹਨਾਂ ਨੇ ਸਾਨੂੰ ਬੇਦਖਲ ਕਰਤਾ ਸੀ, ਲੇਕਿਨ ਬਸ ਇਹ ਜਿਹੜਾ ਹੈਗਾ ਤੁਹਾਡੇ ਸ਼ੌਕ, ਕਲਾਤਮਕ ਗਾਣੇ ਵੱਲ ਰੁਝਾਨ, ਫੁੱਟਬਾਲ ਔਰ ਤੈਰਾਕੀ ਦਾ ਤੁਹਾਨੂੰ ਬੜਾ ਸ਼ੌਕ? ਤੈਰਾਕੀ ਤਾਂ ਜੀ ਮੇਰੀ ਇਸ ਤਰ੍ਹਾਂ ਜੀ, ਮੈਂ ਤੁਹਾਨੂੰ ਦੱਸਿਆ ਵੀ ਫੁੱਟਬਾਲ ਦੇ ਨਾਲ ਵੀ ਮੈਂ ਜਗੇੜੇ ਦੇ ਪੁੱਲ ਤੋਂ ਛਾਲ ਮਾਰ ਕੇ ਕੰਗਮਾਲ ਦੇ ਪੁੱਲ ਜਾ ਕੇ ਨਿਕਲਣਾ, ਜੇ ਹੱਥਾਂ ਥੱਕ ਗਏ ਨੇ ਤਾਂ ਚੰਗਾ ਦੇ ਨਾਲ, ਟੰਗ ਥੱਕ ਗਿਆ ਤੇ ਫਿਰ ਹੱਥਾਂ ਦੇ ਨਾਲ। ਅਤੇ ਮੇਰੇ ਨਾਲ ਕਈ ਦੋਸਤ ਹੁੰਦੇ ਆਪਣੇ, ਮਈਆ ਰਾਮ ਹੁੰਦਾ ਆਪਣਾ ਹੈੱਡ ਮਾਸਟਰ ਦੇ ਨਾਲ ਦਾ, ਉੱਧਰੋਂ ਆਪਣੇ ਸਿੰਘਾ, ਅਤੇ ਸਭ ਤੋਂ ਜ਼ਿਆਦਾ ਉਹ ਤੈਰਾਕ ਸੀ ਵੈਸੇ, ਹਰਦਾਰ ਹਕੀਕਤ ਸਿੰਘ ਜੀ, ਗੁਰਨਾਮ ਸਿੰਘ ਜੀ, ਆਪਣਾ ਐਸਾ ਮੁਨਸ਼ੀ ਗੁਲਾਬਦਾਸ ਦਾ ਲੜਕਾ ਲਾਜਪਤ ਰਾਏ, ਅੰਮ੍ਰਿਤ ਲਾਲ, ਇਹ ਸਾਰੇ ਮੇਰੇ ਨਾਲ ਤੈਰਾਕੀ ਦੇ ਵਿੱਚ ਵੀ ਔਰ ਫੁੱਟਬਾਲ ਦੇ ਵਿੱਚ ਵੀ ਮੇਰੇ ਸਾਥੀ ਨੇ। ਮੈਂ ਇੱਕ ਅੱਛਾ ਮੰਨਿਆ ਹੋਇਆ ਪਲੇਅਰ ਸੀ ਜਿਹੜਾ ਕਿ ਤੜਕ ਔਰ ਬੇਵਾਕ ਹੋ ਕੇ ਖੇਡਦਾ ਸੀ, ਕਿਸੇ ਵੀ ਬਾਹਰ ਵਾਲੀ ਟੀਮ ਨੂੰ ਕੋਈ ਮੁਕਾਬਲਾ ਪੈ ਜਾਂਦਾ ਸੀ ਫਿਰ ਮੈਨੂੰ ਬਤਾਓ ਔਰ ਇੱਕ ਅੱਛਾ ਪਲੇਅਰ ਦੇ ਲੈ ਕੇ ਜਾਂਦੇ ਸੀ। ਹਾਂਜੀ।
ਕੋਲੀ ਜੇਲ ਤਾਂ ਅਜੇ ਵੀ ਮੇਰੀ ਇੱਕ ਸਾਲ ਦੋ ਮਹੀਨੇ ਦੀ ਹੈ ਮਲੇਰ ਕੋਟਲਾ ਜੇਲ ਚ ਤੇ ਮੈਨੂੰ 6 ਮਹੀਨੇ ਦੀ ਸਜ਼ਾ ਦਿੱਤੀ ਸੀ ਆਪਣੇ ਲੁਧਿਆਣੇ ਪਹਿਲੇ ਸੱਤਿਆਗ੍ਰਹਿ ਜਗਤਾਲੀ ਚ ਨਵਾਬ ਮਨਸੂਰ ਹਲਾਕ ਨਵਾਬਜ਼ਾਦ ਮਜਿਸਟਰੇਟ ਨੇ 6 ਮਹੀਨੇ ਸਖ਼ਤ ਦੀ ਸਜ਼ਾ ਇਹ ਮੈਂ ਲੈਲਪੁਰ ਜੇਲ੍ਹ ਦੇ ਵਿੱਚ ਕੱਟੀ ਕੋਈ ਮਹੀਨਾ ਪਹਿਲਾਂ ਹੀ ਰਿਹਾਈਆਂ ਸਾਡੀਆਂ ਉੱਥੋਂ ਲੈਲਪੁਰ ਜੇਲ੍ਹ ਤੋਂ ਹੋ ਗਈਆਂ ਸੀ ਜਿੱਥੇ ਕਿ ਡਾਕਟਰ ਲਹਿਣਾ ਸਿੰਘ ਉਹਦੇ ਸੀ ਉੱਥੇ ਕਾਂਗਰਸ ਦੇ ਪ੍ਰੈਜ਼ੀਡੈਂਟ ਲੈਲਪੁਰ ਅਤੇ ਉੱਥੇ ਉਹਨਾਂ ਨੇ ਸਾਨੂੰ ਪਾਰਟੀ ਦਿੱਤੀ ਰੋਟੀ ਰੋਟੀ ਖਾਣਾ ਖੁਣਾ ਖਿਲਾਇਆ ਉਸ ਤੋਂ ਬਾਅਦ ਸਾਨੂੰ ਪਾਸ ਬਣਵਾ ਕੇ ਦੇ ਤੇ ਰੇਲਵੇ ਦੇ ਇੰਨੀ ਫਰੀ ਹੈ ਸਾਡਾ ਉੱਥੇ ਕੁਛ ਨਹੀਂ ਲੱਗਿਆ ਸਾਨੂੰ ਅਸੀਂ ਲੁਧਿਆਣੇ ਆ ਗਏ ਲੁਧਿਆਣੇ ਤੋਂ ਬੱਸਾਂ 'ਚ ਸਾਨੂੰ ਪਾਰਟੀ ਲੈ ਕੇ ਆਈਏ ਸਾਨੂੰ ਪਤਾ ਨਹੀਂ ਕਿਸ ਵਾਰ ਅਹਿਮਦਗੜ੍ਹ ਆਉਣ ਤੋਂ ਸਾਡਾ ਸ਼ਾਨਦਾਰ ਸਵਾਗਤ ਕੀਤਾ ਗਿਆ ਸ਼ਹਿਰ ਦੇ ਲੋਕਾਂ ਵੱਲੋਂ ਸਟੇਸ਼ਨ 'ਤੇ ਪਹੁੰਚੇ ਹੋਏ ਸੀ ਉਹ ਜਲੂਸ ਦੀ ਸ਼ਕਲ 'ਚ ਸਾਨੂੰ ਅਹਿਮਦਗੜ੍ਹ ਹਾਂਜੀ ਹਾਂ ਇਹ ਮਰਨ ਵਰਤ ਜੀ ਮੈਂ ਰੱਖਿਆ ਸਨ ਹਾਂਜੀ 54 'ਚ ਰੱਖਿਆ ਮੇਰੇ ਗੱਲ 54 'ਚ ਰੱਖਿਆ ਜੀ ਮੈਂ ਪਹਿਲਾਂ ਜਿਹੜੀ ਕਿ ਸਕੂਲ ਦੇ ਇਲੈਕਸ਼ਨ ਨਵਾਬ ਨਾਮਜ਼ਦ ਕਰਦਾ ਸੀ ਮੈਂਬਰ ਇਲੈਕਸ਼ਨ ਦੇ ਨਾਲ ਨਹੀਂ ਸੀ ਹੁੰਦੇ ਜਿਹਨੂੰ ਨਵਾਬ ਸਾਹਿਬ ਨਾਮਜ਼ਦ ਕਰ ਦਿੰਦੇ ਉਹ ਬਣਦਾ ਸੀ ਮੈਂ ਕਿਹਾ ਇਲੈਕਸ਼ਨ ਦੇ ਨਾਲ ਹੋਣੇ ਚਾਹੀਦੇ ਨੇ ਅਤੇ ਉਸ ਵਾਸਤੇ ਫਿਰ ਮੈਂ ਮਰਨ ਵਰਤ ਰੱਖਿਆ ਜੀ ਉਖੜਦਾ ਰੱਖੀ ਜੀ ਉਹ ਰਹੀ ਜੀ 11 ਦਿਨ ਜੀ ਤਕਰੀਬਨ 11 ਜਾਂ 12 ਦਿਨ ਇੰਨੀ ਸੀ ਰਹੀ ਉਖੜਦਾਲ ਡੀ ਸੀ ਸਾਹਿਬ ਪਾਵਰੀ ਅਤੇ ਉਹਨਾਂ ਨੇ ਆ ਕੇ ਜਦੋਂ ਪਿੱਛੋਂ ਖਲਾਈ ਮੈਨੂੰ ਜ਼ੋਰ ਲਾਉਂਦੇ ਸੀ ਮੈਂ ਨਹੀਂ ਖੋਲ੍ਹੀ ਮੈਨੂੰ ਗਸ਼ੀਆਂ ਪੈਂਦੀਆਂ ਰਾਤ ਨੂੰ ਮੈਨੂੰ ਉਖੜਦਾਲ ਦੇ ਵਿੱਚ ਉਹਨਾਂ ਨੇ ਆ ਕੇ ਮੱਲੋ ਮਣੀ ਪਾਣੀ ਦੇ 2 ਚਮਚੇ ਮੇਰੇ ਮੂੰਹ 'ਚ ਪਾਉਣੇ ਮੈਂ ਫਿਰ ਕੱਢ ਲੈਣੇ ਲੇਕਿਨ ਜ਼ਬਰਦਸਤੀ ਉਹਨਾਂ ਨੇ ਪਾਣੀ ਦੇ ਵਿੱਚ 2 ਚਮਚੇ ਉਬਲਿਆ ਹੋਇਆ ਪਾਣੀ ਲੂਣ ਵਾਲਾ ਪਾਣੀ ਮੇਰੇ ਮੂੰਹ 'ਚ ਪਾ ਦੇਣਾ ਅਤੇ ਮੈਂ ਰੋਟੀ ਰੋਟੀ ਕੁਛ ਨਹੀਂ ਖਾਧੀ 11 ਦਿਨਾਂ ਤੋਂ ਬਾਅਦ 12 ਦਿਨ ਤੋਂ ਬਾਅਦ ਦੇਣਾ ਉਹ ਵੀ ਰੋਟੀ ਖਾਣੀ ਨਹੀਂ ਸੀ ਉਸ ਬਾਅਦ ਪਹਿਲਾਂ ਲੂਣ ਵਾਲਾ ਪਾਣੀ ਪੀਂਦੇ ਰਹੇ ਫਿਰ ਚਾਹ ਉਸ ਤੋਂ ਬਾਅਦ ਕਿਤੇ ਹੌਲੀ ਹੌਲੀ ਤੀਸਰੇ ਚੌਥੇ ਦਿਨ ਜਾ ਕੇ ਰੋਟੀ ਮੈਂ ਸ਼ੁਰੂ ਕੀਤੀ ਕਾਮਯਾਬੀ ਜੀ ਮੈਂ ਪਹਿਲੀ ਦਫ਼ਾ ਤਾਂ ਇਹ ਮੁੱਕਰ ਕੇ ਵਾਅਦਾ ਕੀਤਾ ਵੀ ਅਸੀਂ ਸਾਰੀਆਂ ਤੁਹਾਡੇ ਮੁਤਾਲਬਾਤ ਮੰਨੇ ਲੇਕਿਨ ਇਹ ਮੁੱਕਰ ਗਏ ਫਿਰ ਡੀ ਸੀ ਸਾਹਿਬ ਜਦੋਂ ਭਾਵਰੀ ਆਇਆ ਉਹਨੇ ਆ ਕੇ ਕਿਹਾ ਵੀ ਤੁਸੀਂ ਮੈਂ ਕਿਹਾ ਪਹਿਲਾਂ ਲਿਖ ਕੇ ਲਓ ਇਹਨਾਂ ਤੋਂ ਪਹਿਲਾਂ ਮੁੱਕਰ ਗਏ ਫਿਰ ਉਹਨਾਂ ਤੋਂ ਲਿਖ ਕੇ ਲਿੱਤਾ ਜੀ ਫਿਰ ਮੈਂ ਬੁਖੜਦਾਲ ਖੋਲ੍ਹੀ ਫਿਰ ਇਹ ਇਲੈਕਸ਼ਨ ਹੋਈ ਜੀ ਹਾਂਜੀ ਔਰ ਮੈਂ ਐਲਾਨ ਕੀਤਾ ਸੀ ਵੀ ਮੈਂ ਮੈਂਬਰ ਨਹੀਂ ਬਣਨਾ ਮੈਂ ਮੈਂਬਰ ਨਹੀਂ ਬਣਿਆ ਜੀ ਫਿਰ ਕਮੇਟੀ ਜਦੋਂ ਪਹਿਲੀ ਦਫ਼ਾ ਇਲੈਕਸ਼ਨ ਹੋਏ ਨੇ ਫਿਰ ਮੈਂ ਬਿਲਾ ਕੀ ਮੁਕਾਬਲਾ ਗਿਆਨੀ ਸੁੱਚਾ ਸਿੰਘ ਦੀ ਜ਼ਮਾਨਤ ਜ਼ਬਤ ਕਰਾਈ ਅਤੇ ਅਮਰਚੰਦ ਵੀ ਏ ਮੇਰੇ ਮੁਖਾਲਫ ਖੜਾ ਸੀ ਉਹਦੀ ਵੀ ਜ਼ਮਾਨਤ ਜ਼ਬਤ ਇਹਨੇ ਜ਼ਮਾਨਤ ਕਰਾ ਕੇ ਮੈਂ ਪਹਿਲੀ ਦਫ਼ਾ ਇਲੈਕਸ਼ਨ ਜਿੱਤਿਆ ਅਤੇ ਉਸ ਬਾਅਦ ਮੈਂ ਵਾਈਸ ਪ੍ਰੈਜ਼ੀਡੈਂਟ ਪਹਿਲਾ ਇਲੈਕਸ਼ਨ ਸੀ ਉਹ ਮਿਊਂਸੀਪਲ ਕਮੇਟੀ ਦਾ ਅਹਿਮਦਗੜ੍ਹ ਦਾ ਮੇਰੇ ਨਾਲ 54-55 ਮੋਹਨ ਲਾਲ ਪ੍ਰੈਜ਼ੀਡੈਂਟ ਸੀ ਅਤੇ ਮੈਂ ਵਾਈਸ ਪ੍ਰੈਜ਼ੀਡੈਂਟ ਬਣਿਆ ਦਰਬਾਰੀ ਲਾਲ ਸੀ ਸਾਡੇ ਨਾਲ ਭਾਗ ਸਿੰਘ ਚਮਾਰ ਸੀ ਉਹ ਸਿੰਘ ਆ ਜੀ ਦਵਾਨਾ ਜੀ ਤੁਸੀਂ ਇੰਨੀਆਂ ਕੁਰਬਾਨੀਆਂ ਕੀਤੀਆਂ ਦੇਸ਼ ਲਈ ਇੰਨਾ ਆਪਣੀ ਜਵਾਨੀ ਲਈ ਤੁਹਾਨੂੰ ਸਰਕਾਰ ਨੇ ਕੁਛ ਦਿੱਤਾ ਇਸ ਅਫਗਾਨੇ ਚ ਜਦੋਂ ਇਸ ਦੇਸ਼ ਦੀ ਸਰਕਾਰ ਉਹ ਸਰਦਾਰ ਬਹਾਦਰ ਅਰਜ਼ੀ ਹੈ ਵੀ ਗਿਆਨੀ ਆਪਣੇ ਗੁਰਮੁਖ ਸਿੰਘ ਨਾ ਜੀ ਗਿਆਨੀ ਗੁਰਮੁਖ ਸਿੰਘ ਦਾ ਮੈਂ ਬਹੁਤ ਅੱਛੇ ਤਰ੍ਹਾਂ ਸੁਣੇ ਨੇ ਲਾਹੌਰ ਆਪਣੇ ਆਪਣੇ ਗਿਆਨੀ ਜੈਲ ਸਿੰਘ ਜੀ ਮੇਰੇ ਨਾਲ ਸਨ ਫਰੀਦਕੋਟ ਜੇਲ੍ਹ ਦੇ ਵਿੱਚ
ਸਾਨੂੰ 46 ਦਾ ਮੋਰਚਾ ਸੀ ਨਾ ਜੀ, ਉਹ 'ਚ ਮੇਰੇ ਨਾਲ ਜੇਲ੍ਹ ਦੇ ਵਿੱਚ ਸੀਗੇ। ਇਹਨਾਂ ਨੇ ਫਿਰ ਜਦੋਂ ਇਹ ਆਏ ਨੇ ਇੱਥੇ, ਬਾਬੂ ਬਚਨ ਸਿੰਘ ਜੀ ਵੀ ਤੇ ਜਦੋਂ ਮਤਲਬ ਇਹ ਵੀ ਮਿਨਿਸਟਰ ਰਹੇ ਕੁਛ ਦਿਨ, ਇਹਨਾਂ ਨੇ ਕਿਹਾ 15 ਰੁਪਏ ਇਹਨਾਂ ਨੇ ਪੈਨਸ਼ਨ ਲਾਈ ਫਰੀਡਮ ਫਾਈਟਰ ਦੀ ਪਹਿਲੀ ਦਫ਼ਾ ਪੰਜਾਬ ਸਰਕਾਰ ਨੇ, ਅਤੇ ਮੈਨੂੰ ਚੰਡੀਗੜ੍ਹ ਸੱਦਿਆ, ਕਹਿੰਦੇ ਤੇਰੇ 15 ਰੁਪਏ ਕਰਦੇ ਦੀਵਾਨੇ। ਮੈਂ ਕਿਹਾ ਮੈਂ ਨਹੀਂ ਲਵਾਉਣੀ, ਕੋਈ ਪੈਨਸ਼ਨਾਂ ਖਾਤਾ ਨਹੀਂ, ਜੇਲ੍ਹਾਂ ਕੱਟੀਆਂ, ਘਰ ਬਾਰ ਜ਼ਬਤ ਹੋ ਗਏ, ਇੰਨੀ ਦੇਰ ਜੇਲ੍ਹਾਂ 'ਚ ਰਹੇ, ਇਹਦੇ ਮੈਂ ਨਹੀਂ ਪੈਨਸ਼ਨ ਨਹੀਂ ਲਵਾਉਣੀ। ਬਾਬੂ ਬਚਨ ਸਿੰਘ ਜੀ ਕਹਿਣ ਲੱਗੇ ਦੀਵਾਨੇ ਕਿਤੇ ਕੰਮ ਆ ਜੂ, ਮੇਰੇ ਕਹਿਣ 'ਤੇ ਤੂੰ ਲਵਾ ਲਾ, ਤੈਨੂੰ 15 ਰੁਪਏ ਲਾਏ, ਇਹਨਾਂ ਬਣਨਾ ਤਾਂ ਕੁਛ ਨਹੀਂ, ਲੇਕਿਨ ਲਵਾ ਲਾ। ਇਹਨਾਂ ਨੇ 15 ਰੁਪਏ ਲਾ ਤੇ, ਫਿਰ ਸੈਂਟਰ ਦੇ ਵਿੱਚ ਸਰਕਾਰ ਜਦੋਂ ਆਈ ਹੈ ਕਾਂਗਰਸ ਦੀ, ਇੰਦਰਾ ਜੀ ਆਏ ਨੇ ਮੇਰੇ ਖਿਆਲ ਜੀ, ਅਤੇ ਉਹਨਾਂ ਨੇ 200 ਰੁਪਇਆ ਸੈਂਟਰ ਦੀ ਪੈਨਸ਼ਨ ਕਰਤੀ। ਫਿਰ ਸਰਦਾਰ ਬਹਾਦਰ ਹੌਲੀ ਹੌਲੀ ਇਹ ਪੈਨਸ਼ਨ ਵਧੀ ਗਈ। ਹੁਣ ਤਾਂ ਸਮਝੋ ਤੁਸੀਂ ਵੀ 6 ਦੇ ਗਰੀਬ ਹੈ, 5.5 ਜਾਂ 6 ਦੇ ਗਰੀਬ ਹੈ ਸੈਂਟਰ ਦੀ, 2500 ਰੁਪਈਆ ਪੰਜਾਬ ਸਰਕਾਰ ਦਾ, 8-8.5 ਹਜ਼ਾਰ ਰੁਪਈਆ ਮਿਲਦੀ ਹੈ, ਜਿਹਦੇ ਨਾਲ ਮੈਂ ਤਾਂ ਮੇਰੇ ਨਾਲ ਕਰਦੇ ਜਾਂਦੇ ਨੇ, ਇਹ ਆਪਣੇ ਲੈ ਆਉਂਦੇ ਨੇ, ਮੈਨੂੰ ਇਹ 1000 ਰੁਪਈਆ ਦੇ ਦਿੰਦੇ ਨੇ ਵੀ ਆਹ ਤੁਸੀਂ ਲਓ ਆਪਣਾ ਜਿਹੜਾ ਤੁਹਾਡਾ ਖਾਣ ਪੀਣ ਹੈ, ਤੁਸੀਂ ਸਿਗਰਟ ਪੀਂਦੇ ਹੋ, ਸਿੱਧੀ ਜੀ ਗੱਲ ਹੈ ਜੀ, ਅਤੇ ਆਪਣਾ ਜਿਹੜਾ ਕੁਛ ਹੋਰ ਖਾਣਾ ਪੀਣਾ ਤੁਸੀਂ ਆਪਣਾ ਖਾਓ ਵੀ ਬਾਜ਼ਾਰ 'ਚ, ਅਤੇ 7 ਉਹਨਾਂ ਰੱਖਦੇ ਨੇ, 4000 ਰੁਪਈਆ ਮੇਰੀ ਦਵਾਈਆਂ 'ਤੇ ਲੱਗ ਜਾਂਦਾ। ਲੜਕੀ ਆਉਂਦੀ ਹੈ ਮੇਰੀ ਲੁਧਿਆਣੇ ਵਾਲੀ, ਗਵਲੀ ਲੜਕੀ ਹੈ, ਛੋਟੀ ਤੋਂ ਵੱਡੀ ਹੈ, ਵੱਡੀ ਤੋਂ ਛੋਟੀ, ਅਤੇ ਇਹ ਦਵਾਈਆਂ ਲਿਆਉਂਦੀ ਹੈ 1 ਮਹੀਨੇ ਦੀਆਂ ਜੀ, ਬਸ ਉਹ 4-4.5 ਹਜ਼ਾਰ ਰੁਪਏ ਦੀ ਉਹ ਆਉਂਦੀਆਂ ਨੇ। ਉਮਰ ਮੇਰੀ ਇਸ ਵਾਰ ਜੀ 85ਵਾਂ ਸਾਲ ਲੱਗ ਗਿਆ ਜੀ, 1922 ਦਾ ਜਨਮ ਹੈ ਮੇਰਾ, 15 ਜੂਨ ਤੋਂ, ਆਹ 15 ਜੂਨ ਤੋਂ ਸਮਝੋ ਹੁਣ ਅਗਸਤ ਹੈ ਜੀ, ਸਤੰਬਰ ਆ ਗਿਆ, ਸਤੰਬਰ ਆ ਗਿਆ, 15 ਜੂਨ ਤੋਂ ਮੈਨੂੰ 86ਵਾਂ ਸਾਲ ਲੱਗ ਗਿਆ। ਦੀਵਾਨਾ ਜੀ ਤੁਹਾਡੀ ਸ਼ਖਸੀਅਤ ਦੀ ਇੱਕ ਬਹੁਤ ਹੋਰ ਵਧੀਆ ਰੰਗ ਜਿਹੜਾ ਹੈ ਇਹ ਸਟੇਜ ਦਾ ਜੁੜਿਆ ਰਾਮਲੀਲਾ ਵਾਲਾ, ਇਹ ਸਿਲਸਿਲਾ ਕਦੋਂ ਸੀ? ਮੈਂ ਇਹ ਪੋਲੀਟੀਕਲ ਸਟੇਜ ਤੋਂ ਆਉਣ ਤੋਂ ਪਹਿਲਾਂ ਦੀ ਗੱਲ ਹੈ ਵੀ ਮੈਨੂੰ ਗਾਉਣ ਦਾ ਸ਼ੌਕ ਸੀ। ਮੈਂ ਕਲਾਸ ਦੇ ਵਿੱਚ ਵੀ ਮੈਨੂੰ ਜਦੋਂ ਉਹ ਪ੍ਰੋਗਰਾਮ ਹੁੰਦਾ ਸੀ ਵੀਰਵਾਰ ਨੂੰ ਵੀ ਮੁੰਡੇ ਕੋਈ ਆਪਣੀਆਂ ਆਪਣੀਆਂ ਕਵਿਤਾ ਜਾਂ ਕੋਈ ਚੀਜ਼ ਸੁਣਾਓ, ਚਾਹੇ ਚੁਟਕਲੇ ਸੁਣਾਓ, ਤਾਂ ਮੈਂ ਉਸ ਵਕਤ ਮੇਰੀ ਯਾਦ ਹੈ ਵੀ ਮੈਂ ਇੱਕ ਪਤਾ ਨਹੀਂ ਭਜਨ ਸੀ ਜੀ ਮੇਰੇ, ਇਸ ਵਕਤ ਯਾਦ ਨਹੀਂ ਆਉਂਦਾ, ਮੈਂ ਉਗਾਇਆ, ਇਹਨਾਂ ਨੇ ਪਸੰਦ ਕੀਤਾ। ਫਿਰ ਮੈਂ 41 ਦੇ ਵਿੱਚ ਆਪ ਲਿਖੀ ਨਜ਼ਮ, ਅਸਾਂ ਹਿੰਦੁਸਤਾਨੀ ਹਿੰਦੁਸਤਾਨ ਦਾ, ਉਹ ਮੈਂ ਕਹਿੰਦੇ ਅਸਾਂ ਹਿੰਦੁਸਤਾਨੀ ਹਿੰਦੁਸਤਾਨ ਸਾਡਾ, ਇਸ ਦੀ ਸ਼ਾਨ ਉੱਚੀ ਇਸ ਲਈ ਮਾਨ ਸਾਡਾ, ਮੰਦਰ ਮਸਜਿਦ ਗੁਰੂਦੁਆਰੇ ਗਿਰਜਾ ਘਰ ਸਾਡੇ, ਮੰਦਰ ਮਸਜਿਦ ਗੁਰੂਦੁਆਰੇ ਗਿਰਜਾ ਘਰ ਸਾਡੇ, ਗੀਤਾ ਗ੍ਰੰਥ ਤੇ ਬਾਈਬਲ ਕੁਰਾਨ ਸਾਡਾ, ਸਭੇ ਧਰਮ ਨੇ ਇੱਕੋ ਉਪਦੇਸ਼ ਦਿੰਦੇ। ਅਰਜ਼ ਕੀਤਾ ਜਨਾਬ ਵੀ ਸਭੇ ਧਰਮ ਨੇ ਇੱਕੋ ਉਪਦੇਸ਼ ਦਿੰਦੇ, ਵੈਰ ਵਿਰੋਧ ਰੱਖਣਾ ਹੈ ਅਪਮਾਨ ਸਾਡਾ, ਗਊ ਗਰੀਬ ਸਰਬੱਤ ਦਾ ਭਲਾ ਚਾਹੇ, ਇਹੋ ਧਰਮ ਤੇ ਇਹੋ ਇਮਾਨ ਸਾਡਾ, ਜਿਸ ਘਰ ਵਿੱਚ ਪਿਆਰ ਇਤਫਾਕ ਹੋਵੇ। ਅਰਜ਼ ਕੀਤਾ ਹੈ ਜਿਸ ਘਰ ਵਿੱਚ ਪਿਆਰ ਇਤਫਾਕ ਹੋਵੇ, ਉਸ ਘਰ ਵਿੱਚ ਕਹਿੰਦੇ ਭਗਵਾਨ ਵਸਦੇ, ਦੇਸ਼ ਪਿਆਰ ਕੁਰਬਾਨੀ ਦਾ ਹੋਵੇ ਜਜ਼ਬਾ, ਉਸੇ ਦੇਸ਼ ਦਾ ਹੁੰਦਾ ਨਿਰਮਾਣ ਦਾ। ਬਹੁਤ ਖੁਸ਼ੀ ਬਾਤ ਹੈ ਜੀ,
ਪਰ ਰਾਮਲੀਲਾ ਚ ਤੁਹਾਡਾ ਜਿਹੜਾ ਲਕਸ਼ਮਣ ਦਾ ਰੋਲ ਨੂੰ ਇੰਨਾ ਸ਼ਕਤੀ ਪੂਰਨ ਢੰਗ ਨਾਲ ਨਿਭਾਉਣਾ, ਇਹ ਗੱਲ ਕਹਾਣੀ ਕਿਵੇਂ ਬਣੀ? ਇਹ ਜੀ ਮੈਨੂੰ ਲਕਸ਼ਮਣ ਦਾ ਪਾਠ ਦੇ ਤਾ ਮੈਨੂੰ, ਮੈਂ ਕਿਹਾ ਜੋਸ਼ੀਲਾ ਪਾਠ ਦਿਓ, ਮੈਂ ਤਾਂ ਨਰਮ ਪਾਠ ਨਹੀਂ ਹੁੰਦਾ, ਕਹਿੰਦੇ ਰਾਮ ਦਾ, ਮੈਂ ਕਿਹਾ ਮੈਥੋਂ ਨਹੀਂ ਆਉਣਾ, ਮੈਂ ਤਾਂ ਜੋਸ਼ੀਲਾ ਬੋਲ ਸਕਦਾ ਜੋਸ਼ੀਲਾ ਹੀ ਗਾ ਮੈਨੂੰ ਜੀ। ਫਿਰ ਇਹਨੇ ਲਕਸ਼ਮਣ ਦਾ ਪਾਠ ਦਿੱਤਾ ਤੇ ਲਕਸ਼ਮਣ ਦੇ ਰੋਲ ਦੇ ਵਿੱਚ ਮੈਨੂੰ ਬੋਲਦੇ ਬੋਲਦੇ ਜੀ ਮੈਨੂੰ ਗੱਸ਼ੀ ਪੈ ਜਾਣੀ ਵੈਸੇ ਜੀ। ਉਹ ਕਹਿੰਦੇ ਨੇ ਵੀ ਨਾਲ ਜਾਣਾ, ਤੇ ਮੈਂ ਕਿਹਾ ਮੈਂ ਵੀ ਨਾਲ ਜਾਣਾ ਜੀ ਇਹਨੇ ਰਾਮ ਚੰਦਰ ਜੀ ਦੇ। ਉਸ ਵਕਤ ਮੈਨੂੰ ਇਹਦੇ ਉਸ ਵਕਤ ਡਾਇਲਾਗ ਯਾਦ ਨਹੀਂ, ਮੇਰੇ ਉਹ ਜਵਾਨੀ ਯਾਦ ਸਨ ਵੈਸੇ, ਹੈਂ ਵੀ ਅਗਰ ਇਹ ਮੈਨੂੰ ਨਹੀਂ ਨਾਲ ਲੈ ਜਾਂਦੇ ਤਾਂ ਮੈਂ ਆਪ ਛੁਰੀ ਮਾਰ ਕੇ ਆਪ ਮਰਦਾ। ਤਾਂ ਉਹ ਪਰਤ ਨੇ ਫਿਰ ਫੜ ਲਿੱਤੀ ਸੀ ਛੁਰੀ ਮਾਰ, ਫਿਰ ਉਹਨਾਂ ਨੇ ਕਿਹਾ ਵੀ ਤੂੰ ਵੀ ਚਲੇ ਜਾ। ਫਿਰ ਮੈਂ ਨਾਲ ਉਹਨਾਂ ਦੇ ਗਿਆ ਰਾਮਲੀਲਾ ਦੇ ਵਿੱਚ ਵੀ। ਕਈ ਗਾਣੇ ਸੀ ਇਹ ਜੀ ਲਹੇ ਜੀ ਲਕਸ਼ਮਣ ਬਣ ਕੇ ਚੱਲੇ ਜੀ ਮੇਰੇ ਵੀਰ ਜੀ, ਇਹ ਜੀ ਲਕਸ਼ਮਣ ਬਣ ਕੇ ਚੱਲੇ ਜੀ ਮੇਰੇ ਵੀਰ। ਫਿਰ ਮੇਘਨਾਥ ਨਾਲ ਯੁੱਧ ਹੋਣਾ ਜੀ, ਹਾਂ ਜੀ ਲਕਸ਼ਮਣ ਦਾ, ਤੇ ਮੈਂ ਮੂਰਛਿਤ ਹੋ ਜਾਂਦਾ ਸੀ ਐਕਚੁਅਲੀ ਜੀ, ਐਕਚੁਅਲੀ ਇੰਨਾ ਮੈਨੂੰ ਜੋਸ਼ ਆਉਣਾ ਜੀ ਮੈਂ ਬਿਲਕੁਲ ਮੂਰਛਿਤ ਹੋ ਜਾਣਾ। ਫਿਰ ਲਿਆ ਕੇ ਕਈ ਦਵਾਈਆਂ ਜੀਆਂ ਪਿਲਾਉਣੀਆਂ ਵੈਸੇ, ਪਤਾ ਨਹੀਂ ਕੀ ਕੀ ਸੰਘਾਉਂਦੇ, ਅੱਧੇ ਘੰਟੇ ਬਾਅਦ ਮੈਨੂੰ ਹੋਸ਼ ਆਉਣੀ ਜੀ ਵੈਸੇ ਵੀ, ਇੰਨਾ ਜੋਸ਼ ਆਉਂਦਾ ਸੀ ਮੈਨੂੰ ਵੀ ਬਿਲਕੁਲ ਐਕਚੁਅਲੀ ਮੈਂ ਮੂਰਛਿਤ ਹੋ ਜਾਂਦਾ ਸੀ। ਫਿਰ ਠੀਕ ਹੋ ਕੇ ਫਿਰ ਲੜਾਈ ਲੜੀ ਉਸੇ ਤਰੀਕੇ ਨਾਲ। ਮਸ਼ਰਕੀ ਹੂਰ ਸੀ ਉਹਦਾ ਨਾਂ ਵੈਸੇ ਡਰਾਮੇ ਦਾ ਨਾਂ, ਲੇਕਿਨ ਮੈਂ ਉਹਨੂੰ ਸ਼ੇਰ ਡਾਕੂ ਕਹਿੰਦਾ ਸੀ। ਉਵੇਂ ਜਿਵੇਂ ਵਰਦੀ ਚਿੱਤਰ ਸਾਟਣਗੇ ਦੀ ਸਲਾਹ ਕੇ ਜਿਵੇਂ ਚਿੱਤਰ ਇਹ ਹੈ ਪਈ ਹੋਈ, ਉਵੇਂ ਜਿਵੇਂ ਨਕਾਬ ਮੂੰਹ ਤੇ ਲੈ ਕੇ ਅੱਖਾਂ ਤੇ ਮਾਨਾ ਸਿਰ ਚਾਹੇ ਕਲਗੀ ਜੀ ਟੰਗੀ ਹੋਣੀ, ਉਹ ਜਿਹੜਾ ਆ ਹੁੰਦਾ ਨੀ ਉਹ ਜਿਹੜਾ ਫੰਗ, ਫੰਗ ਉਹ ਕਾਹਦਾ ਹੁੰਦਾ ਫੰਗ ਜਿਹਾ, ਜੀ ਚੋ ਨੀਲਾ ਜਿਹਾ ਨਿਸ਼ਾਨ ਹੁੰਦਾ ਜੀ ਮੋਰ ਦਾ, ਮੋਰ ਦਾ ਫੰਗ ਟੰਗ ਕੇ ਵੈਸੇ ਲੜਨਾ ਨਕਾਬ ਪਾ ਕੇ। ਉਹ ਚ ਬੋਲਣਾ ਜੀ ਉਹ ਨਵਾਬ ਬਾਦਸ਼ਾਹ ਮੂਹਰੇ ਪੇਸ਼ ਕਰਦੇ ਨੇ ਵੀ ਡਾਕੂ ਹੈ, ਕਹਿੰਦੇ ਤੂੰ ਡਾਕੂ, ਕਹਿੰਦੇ ਮੈਂ ਕਿਹਾ ਮੈਂ ਡਾਕੂ ਨਹੀਂ, ਮੈਂ ਕਿਹਾ ਮੈਂ ਤਾਂ ਇੱਕ ਸ਼ਰੀਫ ਆਦਮੀ ਹੈ, ਮੈਂ ਇਸ ਲਈ ਡਾਕੂ ਬਣਿਆ ਬਈ ਜਿਹੜਾ ਸ਼ਹਿਨ ਸ਼ਾਹ ਗਰੀਬਾਂ ਨੂੰ ਲੁੱਟਦਾ ਸੀ। ਮੈਂ ਕਿਹਾ ਜਿਹੜਾ ਸ਼ਹਿਨ ਸ਼ਾਹ ਗਰੀਬਾਂ ਦੀ ਆਪਣੀ ਇੱਜ਼ਤ ਨਾਲ ਹੋਲੀ ਖੇਲਦਾ ਆਪਣੇ, ਇਹ ਗਰੀਬਾਂ ਨੂੰ ਲੁੱਟਦਾ ਹੈ ਤੇ ਇਹਨੇ ਧਨ ਜਿਹੜਾ ਜਮ੍ਹਾਂ ਕੀਤਾ ਗਰੀਬਾਂ ਦਾ ਹੈ ਜੀ, ਵੀ ਖਜ਼ਾਨਾ ਜਿਸ ਕੋ ਕਹਿਤੇ ਹੋ ਗਰੀਬੋਂ ਕੀ ਕਮਾਈ ਹੈ, ਖਜ਼ਾਨਾ ਜਿਸ ਕੋ ਕਹਿਤੇ ਹੋ ਗਰੀਬੋਂ ਕੀ ਕਮਾਈ ਹੈ, ਹਿਫਾਜ਼ਤ ਕੋ ਜਹਾਂ ਸੁਲਤਾਨ ਨੇ ਕੁਰਸੀ ਬਿਛਾਈ ਹੈ, ਮਹਾਫਿਜ਼ ਹੋ ਕੇ ਲੇਕਿਨ ਲੂਟ ਵੋ ਤੁਮਨੇ ਮਚਾਈ ਹੈ, ਰਿਆਇਆ ਕੀ ਅਮਾਨਤ ਐਸ਼ੋ ਸ਼ਰਤ ਮੈਂ ਲੁਟਾਈ ਹੈ, ਨਾ ਬੋਤਲ ਯਹਾਂ ਪਰ ਆਬੋ ਸ਼ਰਤ ਕੀ ਰਹਿਣੇ ਪਾਏਗੀ, ਯੇ ਦੌਲਤ ਕੌਮ ਕੀ ਹੈ ਕੌਮ ਕੇ ਹੱਥੋਂ ਵੀ ਜਾਏਗੀ। ਉਹਨੇ ਲੂਟੋ ਜੋ ਲੂਟਾ ਕਰਦੇ ਇੱਜ਼ਤ ਸ਼ਰੀਫੋ ਕੀ, ਉਹਨੇ ਖਾਓ ਜੋ ਖਾਇਆ ਕਰਦੇ ਹੈ ਦੌਲਤ ਗਰੀਬੋ ਕੀ, ਹਮਾਰਾ ਕਾਮ ਹੈ ਹਰੇਕ ਛੋਟੇ ਕੋ ਬੜਾ ਕਰਨਾ, ਅਮੀਰੋ ਕੀ ਕਮਾਈ ਸੇ ਗਰੀਬੋ ਕਾ ਭਲਾ ਕਰਨਾ, ਯਾ ਲੁਟੇਰੋ ਕੀ ਕਮਾਈ ਸੇ ਗਰੀਬੋ ਕਾ ਭਲਾ ਕਰਨਾ। ਇਹ ਡਾਇਲਾਗ ਹੁੰਦੇ ਜੀ ਬਹੁਤ ਬਹੁਤ ਅੱਛਾ ਅੱਛਾ ਜੀ, ਇਹ ਬੜਾ ਸ਼ਕਤੀਸ਼ਾਲੀ ਸੁਨੇਹਾ ਲੋਕਾਂ ਨੂੰ ਸੀ। ਹੁਣ ਤਾਂ ਜੀ ਮੇਰੀ ਜ਼ਿੰਦਗੀ ਇਹ ਹੈ ਮੈਂ ਸਭਨੀ ਬਈ ਇਮਾਨਦਾਰਾਂ ਨਾਲ ਜ਼ਿੰਦਗੀ ਬਸਰ ਕਰ ਰਹੇ ਹਾਂ, ਇਹ 86 ਸਾਲ ਦੀ ਉਮਰ ਦੇ ਥੋੜਾ ਬ੍ਰੇਕ ਦੇਣਾ ਇਹਨਾਂ ਦਾ, ਜਿਹੜਾ ਸਮਾਜਵਾਦੀ
ਤਹਿਰੀਕ ਨਾਲ ਸੰਬੰਧ ਆ ਉਹ ਸਭ ਤੋਂ ਉਹ ਲੈਣੇ ਪਹਿਲਾਂ ਜਿਹੜੀ ਗੱਲ ਕਹਿ ਰਹੇ ਕੰਪਲੀਟ ਕਰ ਲੈਣ ਜੀ ਇਹ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਤੁਸੀਂ ਉਹ ਆਪਣਾ ਸੁਨੇਹਾ ਪਹੁੰਚਾਇਆ ਹਾਂਜੀ ਵੈਸੇ ਫਿਰ 46 ਚ ਫਿਰ ਸਮਝੋ ਤੁਸੀਂ ਸੋਸ਼ਲਿਸਟ ਪਾਰਟੀ ਜਾ ਕੇ ਸਮਝੋ ਜੈ ਪ੍ਰਕਾਸ਼ ਇਹ ਮਤਲਬ ਕਾਂਗਰਸ ਚ ਜਿਹੜਾ ਸੀ ਬੜਾ ਅੱਛੀ ਪਰਸਨੈਲਿਟੀ ਵਾਲੇ ਲੰਬੇ ਰਹੇ ਹਾਂ ਸਾਰੇ ਪਤਾ ਜਾਂਦਾ ਵੀ ਕਦੋਂ ਮਿਲਦੇ ਸੀ ਅੱਜਕੱਲ੍ਹ ਪਹਿਨਦੇ ਸੀ ਪਜਾਮਾ ਮੈਂ ਦੇਖੇ ਨੇ ਉਹ ਵੀ ਮੈਂ ਤਾਂ ਕੀਮਤ ਵੀ ਦੇਖਿਆ ਆਪਣੇ ਗਿਆਨ ਚੰਦ ਵੀ ਦੇਖਿਆ ਸਾਡੇ ਡਾਕਾ ਪੈਣ ਤੋਂ ਬਾਅਦ ਇਹੀ ਆਇਆ ਗਿਆਨ ਚੰਦ ਜੀ ਉੱਥੇ ਥਾਣੇ ਮੰਡੀ ਮੇਰੇ ਨੇ ਇਹੀ ਪਹੁੰਚੇ ਪਹਿਲਾਂ ਮੇਰੇ ਨਾਲ ਬਹੁਤ ਅੱਛਾ ਮੈਨੂੰ ਪਿਆਰ ਦਿੱਤਾ ਉਹਨਾਂ ਨੇ ਇਸ ਗੱਲ ਸਾਡੇ ਪਿੰਡ ਵਾਲਿਆਂ ਨੇ ਤਾਂ ਜੀ ਕਈ ਨੇ ਬੜੀ ਅਮਦਾਦੀ ਕੀਤੀ ਪੈ ਪੈ ਕੇ ਨਾ ਜੀ ਗਲੀਆਂ ਦੇ ਵਿੱਚ ਡੇਲੋਂ ਪਹੁੰਚੇ ਥਾਣੇ ਡਾਕੇ ਪੈਂਦੇ ਸੀ ਜੀ ਪਿੰਡਾਂ ਜਿਹਨਾਂ ਕੋਲ ਪੈਸੇ ਹੁੰਦੇ ਸੀ ਡਾਕੂ ਲੁੱਟਦੇ ਜਿਹੜੇ ਇੱਥੇ ਸੀਗੇ ਇੱਥੇ ਚੌਂਕੀ ਚੁੰਕੀ ਬੈਠ ਕੇ ਇੱਥੇ ਲੋਕ ਡਾਕੂ ਛੇਤੀ ਛੇਤੀ ਹੱਥ ਨਹੀਂ ਪਾਉਂਦੇ ਸੀ ਇਹ ਕਿਤਾਬਾਂ ਹਨ ਜੀ ਮੇਰੇ ਕੋਲ ਪੰਜਾਂ ਨੇ ਮੇਰੇ ਤੇ ਡਾਕਟਰ ਕੇ ਐਲ ਜੌਹਰ ਦੀ ਵੀ ਲਿਖੀ ਹੋਈ ਹੈ ਅਤੇ ਚੰਦਰ ਸ਼ੇਖਰ ਦੀ ਵੀ ਲਿਖੀ ਹੋਈ ਹੈ ਅਤੇ ਆਪਣੇ ਸੰਗਰੂਰ ਵਾਲੇ ਜਗਦੀਸ਼ ਚੰਦ ਦੀ ਵੀ ਲਿਖੀ ਹੋਈ ਹੈ ਦੀਵਾਨਾ ਜੀ ਇਹ ਕਾਂਗਰਸ 'ਚ ਜਿਹੜਾ ਇਹ ਸੋਸ਼ਲਿਸਟ ਧੜਾ ਬਣ ਗਿਆ ਸੀਗਾ ਜੀ ਤੁਸੀਂ ਕਾਂਗਰਸ ਦੇ ਤਹਿਰੀਕ ਸ਼ੁਰੂ ਕਰਕੇ ਉਹ ਸੋਸ਼ਲ ਧੜੇ 'ਚ ਕਿਹੜੇ ਵਿਅਕਤੀ ਸੀ ਜਿਹਨਾਂ ਨੇ ਤੁਹਾਡਾ ਉਧਰਲੇ ਪਾਸੇ ਝੁਕਾਅ ਕੀਤਾ ਜੀ ਮੈਨੂੰ ਤਾਂ ਜੀ ਵੈਸੇ ਮੈਂ ਤਾਂ ਸਭ ਤੋਂ ਵੱਡੀ ਤਾਂ ਚੀਜ਼ ਹੈ ਵੀ ਜਦੋਂ ਮੈਂ ਜੈ ਪ੍ਰਕਾਸ਼ ਨਾਰਾਇਣ ਜੀ ਦੀ ਸੁਣਦਾ ਹੁੰਦਾ ਸੀ ਨਾ ਅਖਬਾਰਾਂ 'ਚ ਪੜ੍ਹਨੀ ਆ ਉਹ ਜਜ਼ਬਾਤ ਮੇਰੇ 'ਚ ਖਿਆਲਾਤ ਤੋਂ ਲੇਕਿਨ ਪੰਡਿਤ ਸਤਾਰਾ ਲਾਲ ਹੁੰਦੇ ਸੀ ਲੁਧਿਆਣੇ ਪਰਸਰਾਮ ਤਿਆਗੀ ਹੁੰਦਾ ਸੀਗਾ ਡੁੱਡਾ ਅਤੇ ਉਹ ਮਨਾਦੀ ਕਰਦਾ ਹੁੰਦਾ ਬਹੁਤ ਜਜ਼ਬਾਤੀ ਸੀ ਉਹ ਪੰਡਿਤ ਸਤਾਰਾ ਲਾਲ ਤਾਂ ਸੀਰੀਅਸ ਸੀ ਬੰਦਾ ਖਾਮੋਸ਼ ਜਿਹਾ ਵੈਸੇ ਨਾ ਬਹੁਤ ਅੱਛੀ ਤਕਰੀਰ ਕਰ ਸਕਦਾ ਸੀ ਨਾ ਉਹ ਲੇਕਿਨ ਤਿਆਗੀ ਬੁਲਾਰਾ ਸੀ ਫਿਰ ਦੇਵਕੀ ਨੰਦਨ ਖਾਰ ਖੰਨੇ ਵਾਲੇ ਉਹ ਹੈਗੇ ਅਜੇ ਵੀ ਉਹਨੇ ਅਤੇ ਪੰਡਿਤ ਸ਼ਾਂਤੀ ਸਰੂਪ ਖੰਨੇ ਦੇ ਸੀ ਉਹ ਉਹਨਾਂ ਦੀ ਵੀ ਡੈਥ ਹੋ ਗਈ ਹੈ ਵੈਸੇ ਉਹਨਾਂ ਦਾ ਇਹ ਸਨ ਜਿਹਨਾਂ ਦੇ ਬਾਬੂ ਬਚਨ ਸਿੰਘ ਜੀ ਚੁਆਰੇ ਜਿਹਨਾਂ ਨੇ ਜੀ ਘੰਟਾ ਕਰਦੇ ਕੋਲ ਜ਼ਿਆਦਾ ਤਾਂ ਇਹਨਾਂ ਦੇ ਨਾਲ ਹੀ ਮੇਰਾ ਸੰਬੰਧ ਰਿਹਾ ਬਾਬੂ ਬਚਨ ਸਿੰਘ ਦੇ ਨਾਲ ਇਹਨਾਂ ਦੇ ਨਾਲ ਹੀ ਜੱਸਿਆਂ ਜਾਣਾ ਇਹਨਾਂ ਦੇ ਨਾਲ ਹੀ ਬੋਲਣਾ ਡਾਕਟਰ ਰਾਮਨੋਰ ਲੋਹੀਆ ਉਹ ਇਹ ਘੰਟਾ ਦੇਸ਼ ਕਦੋਂ ਦਾ ਨਾਰਾ ਸੀ ਵੀ ਕੰਮ ਕਰੋ ਸੜਕ ਬਣਾਈ ਜੀ ਮੁਰਦ ਘਾਟ ਤੱਕ 30-35 ਨੌਜਵਾਨ ਹੁੰਦੇ ਸੀ ਨੌਜਵਾਨ ਸਭਾ ਬਣਾਈ ਵੀ ਸੀ ਉਹਨਾਂ ਨੇ ਆਪਣੀਆਂ ਕੁੰਡਿਆਂ 'ਚ ਲਿਆ ਲਿਆ ਮਿੱਟੀ ਡੀਕਰੇ ਆਪਣੀਆਂ ਇੱਟਾਂ ਕੱਚੀਆਂ ਦੂਸਰੀਆਂ ਪੱਕੀਆਂ ਰੋੜੇ ਉਹ ਪਾ ਪਾ ਕੇ ਸੜਕ ਬਣਾਈ ਮੁੱਢ ਕਰਦਾ ਜੀ ਉਹਨੂੰ ਫਿਰ ਪੱਕੀ ਬਣਾ ਕੇ ਮਿਊਂਸੀਪਲ ਕਮੇਟੀ ਨੇ ਕੀਤਾ ਜੀ ਇਹ ਦੀਵਾਨਾ ਜੀ ਇਹ ਜਿਹੜੀਆਂ ਸ਼ਖਸੀਅਤਾਂ ਨੇ ਜੈ ਪ੍ਰਕਾਸ਼ ਜੀ ਅਚਯੁਤ ਪਟਵਰਧਨ ਜੀ ਆਚਾਰੀਆ ਨਰਿੰਦਰ ਦੇਵ ਜੀ ਲੋਹੀਆ ਜੀ ਕੁਛ ਉਹਨਾਂ 'ਚੋਂ ਕੋਈ ਤੁਹਾਡੀਆਂ ਯਾਦਾਂ ਉਹਨਾਂ ਦੇ ਬੋਲ ਚਾਲ ਦਾ ਉਹਨਾਂ ਦੇ ਜੋ ਵੀ ਤੁਹਾਨੂੰ ਆਪਣੇ ਆਪਣੇ ਸ਼ਖਸੀਅਤ ਦੇ ਤੌਰ 'ਤੇ ਕੋਈ ਪ੍ਰਭਾਵ ਹੋਣਗੇ ਕਿਸ ਤਰ੍ਹਾਂ ਜੀ
ਲੋਹੀਆ ਸਾਹਿਬ ਦਾਤਾ ਜੀ ਆਪਣਾ ਅੰਦਾਜ਼ ਸੀਗਾ। ਆਚਾਰੀਆ ਨਿੰਦਰ ਦੇਵ ਜੀ ਬਹੁਤ ਵਿਦਵਾਨ ਸੀ, 27 ਜਵਾਨਾਂ ਦੇ ਡਿਪਲੋਮੇ ਸੀ ਉਹਦਾ, ਉਹ ਉਹਨਾਂ ਦਾ ਆਪਣਾ ਅੰਦਾਜ਼ ਲੈਦਾ ਸੀ। ਹੌਲੀ ਹੌਲੀ ਉਹਨਾਂ ਨੇ ਬੋਲਣਾ, ਉਹ ਵੀ ਅਹਿਮਦਗੜ੍ਹ ਵੈਸੇ ਆ ਚੁੱਕੇ ਆਚਾਰੀਆ ਨਿੰਦਰ ਦੇਵ ਜੀ। ਜੈਪ੍ਰਕਾਸ਼ ਜੀ ਜਿੰਨਾ ਉਹ ਧੀਮਾ ਬੋਲਦੇ ਸੀ, ਉਹਨਾਂ ਦੀ ਜ਼ਬਾਨ ਦਾ ਜਿਹੜਾ ਇੱਕ ਲਫ਼ਜ਼ ਸੀ ਉਹ ਜੋਸ਼ ਲਿਆਉਂਦਾ ਸੀਗਾ ਉਹਨਾਂ ਨੂੰ ਵੀ। ਯਾਨੀ ਜਦੋਂ ਵੀ ਆਏ ਨੇ ਜੈਪ੍ਰਕਾਸ਼ ਨਾਰਾਇਣ ਵੈਸੇ ਲੁਧਿਆਣੇ, ਮੈਂ ਉਹਨਾਂ ਦੀ ਸਟੇਜ ਤੋਂ ਪਹਿਲਾਂ ਮੈਂ ਬੋਲਿਆ, ਜਿਹੜੀ ਕਿ ਪਹਿਲੀ ਮੇਰੀ ਨਜ਼ਮ ਲਿਖੀ ਸੀ 3 ਰੰਗੇ ਦੁਪੱਟੇ ਵਾਲੀ, ਕਾਂਗਰਸ ਦੇ ਮੁਖਾਲਫ ਲਿਖੀ ਸੀ ਉਹ। ਦੱਸੋ ਦੀਵਾਨਾ ਜੀ, ਉਹ ਸੀ ਜੀ ਵੀ 3 ਰੰਗੇ ਦੁਪੱਟੇ ਵਾਲੀ, ਮੈਨੂੰ ਇਹਨਾਂ ਦੇ ਸਮਝਾ, ਸਾਨੂੰ ਲਾ ਦੇ ਝੂਠੇ ਲਾ ਕੇ ਹੁਣ ਪੈ ਗਈ ਉਲਟੇ ਦਾ। ਉਹ ਤਰਜ ਨਾ ਕਹਾਉਂਦਾ ਸੀ ਜਰਾ ਹੋ ਜਾਏ ਜੀ, 3 ਰੰਗੇ ਦੁਪੱਟੇ ਵਾਲੀਏ ਨੀ ਮੈਨੂੰ ਇਹਨਾਂ ਦੇ ਸਮਝਾ, ਸਾਨੂੰ ਲਾ ਦੇ ਝੂਠੇ ਲਾ ਕੇ ਹੁਣ ਪੈ ਗਈ ਉਲਟੇ ਰਾਹ, ਹਾਏ ਵੈਰ ਨੇ ਕਾਲੀਏ ਭੈੜੀਏ ਝੂਠੀਏ ਕਾਲੀਏ ਸਰਕਾਰੀ, ਨੀ ਤੈਨੂੰ ਕੰਡਾ ਸਤਲੁਜ ਭੁੱਲਿਆ ਜਿੱਥੇ ਕੀਤੀ ਸਾੜ ਸੁਆ, ਕਿਸੇ ਮਾਂ ਤੇ ਭੈਣ ਦੇ ਪਿਆਰ ਨੂੰ ਦਿੱਤਾ ਲਹਿਰਾਂ ਪੱਲੇ ਪਾ, ਨੀ ਇਹਨਾਂ ਤੇਰੀ ਖਾਤਰ ਭੈੜੀਏ ਲਈ ਸੋਹਣੀ ਜਿੰਦ ਗਵਾ, ਹਾਏ ਵੈਰ ਨੇ ਭੈੜੀਏ ਕਾਲੀਏ ਕਾਂਗਰਸੇ। ਆਖਰੀ ਲੈਣਾ ਸੀ ਜੀ ਵੀ ਕੰਨ ਖੋਲ ਕੇ ਸੁਣ ਲੈ ਰਾਣੀਏ, ਤੈਨੂੰ ਕਹੇ ਦੀਵਾਨਾ, ਚਾਹੇ ਲਾਠੀ ਗੋਲੀ ਚੁੱਕ ਲੈ ਚਾਹੇ ਦਫਾ 44 ਲਾ, ਨੀ ਇਹ 3 ਰੰਗਾ ਉੜ ਜਾਵਣਾ ਇੱਥੇ ਦੇਣਾ ਲਾਲ ਲਾ, ਆਏ ਵੈਰ ਨੇ ਭੈੜੀਏ ਕਾਲੀਏ ਕਾਂਗਰਸੇ। ਕਿਆ ਬਾਤ, ਲਾਈਨਾਂ ਤਾਂ ਹੋਰ ਵੀ ਸੀ ਜੀ ਬਹੁਤ ਵੈਸੇ। ਅੱਛਾ ਤੁਸੀਂ ਦੱਸਦੇ ਹੋ ਕਿ ਨੇਤਾ ਜੀ ਦੇ ਫਿਰ ਦਰਸ਼ਨ ਹੋਏ। ਹਾਂਜੀ ਸਟੇਸ਼ਨ ਤੇ। ਅੱਛਾ ਰਾਜ ਬਿਹਾਰੀ ਸਾਹਿਬ ਤਾਂ ਇੱਥੋਂ ਦੀ ਗੁਜ਼ਰੇ ਤੁਸੀਂ ਦੱਸਦੇ ਹੋ, ਉਹ ਵੀ ਨਿੰਗੇ ਨੇ ਜੀ। ਹਾਂਜੀ ਉਹ ਬੜੇ ਨਤੜਕ ਪ੍ਰਧਾਨ ਰਹੇ ਜੀ ਆਪਣੇ ਪੰਜਾਬ ਦੇ, ਅਤੇ ਉਹਨਾਂ ਦੇ ਦੋਵੇਂ ਭਾਈ ਹਰਜਿੰਦਰ ਸਿੰਘ ਵੀ, ਉਹ ਵੀ ਮਰ ਗਿਆ ਅਤੇ ਦੂਸਰਾ ਬੜਾ ਵੀ ਉਹ ਵੀ ਮਰ ਗਏ ਇਕੱਲੇ, ਉਹ ਵੀ ਨਹੀਂ ਰਹੇ ਇਸ ਦੁਨੀਆਂ 'ਚ। ਅਹਿਮਦਾਬਾਦ ਸੀ ਉਹਨਾਂ ਦੀ ਰਿਹਾਇਸ਼, ਮੈਂ ਅਹਿਮਦਾਬਾਦ ਗਿਆ ਉਹਨਾਂ ਦੇ ਘਰ, ਮੈਨੂੰ ਬੜਾ ਉੱਥੇ ਪਿਆਰ ਦਿੱਤਾ। ਤੋ ਜਦੋਂ ਮੈਂ ਬੰਬੇ ਗਿਆ ਪਹਿਲਾਂ ਫਿਲਮ 'ਚ ਹੋਣ ਵਾਸਤੇ, ਤਾਂ ਮੁੜਦੇ ਮੈਂ ਅਹਿਮਦਾਬਾਦ ਤੁਰ ਗਿਆ ਜੀ, ਅਤੇ ਉਹਨਾਂ 'ਚੋਂ ਪਰਿਵਾਰ 'ਚੋਂ ਪਤਾ ਨਹੀਂ ਕੋਈ ਹੈ ਕਿ ਨਹੀਂ ਹੈ ਜੀ, ਬਹੁਤ ਨਤੜਕ ਲੀਡਰ ਸਨ। ਜਦੋਂ ਤੁਸੀਂ ਦੀਵਾਨਾ ਜੀ ਯਾਦ ਕਰਦੇ ਹੋ, ਤੁਸੀਂ ਦਰੇਸੀ ਦੇ ਗਰਾਊਂਡ 'ਚ ਬੜੀਆਂ ਬੜੀਆਂ ਦੇਖੇ ਹੋਣੇ ਆ, ਪਬਲਿਕ ਮੀਟਿੰਗ। ਹਾਂਜੀ ਬਹੁਤ ਜ਼ਿਆਦਾ, ਲੱਖਾਂ ਦੀ ਤਾਦਾਦ 'ਚ ਹਾਜ਼ਰੀ ਹੁੰਦੀ ਸੀ ਆਪਣੇ ਦੁਸਹਿਰਾ ਗਰਾਊਂਡ 'ਚ, ਵੈਸੇ ਜਲਸੇ ਹੋਣੇ। ਹਾਂਜੀ ਪੰਡਿਤ ਨਹਿਰੂ ਜੀ ਆਏ, ਉਹਨਾਂ ਨੂੰ ਸੁਣੇ ਉੱਥੇ ਜੀ, ਉਹਨਾਂ ਤੋਂ ਪਹਿਲਾਂ ਵੀ ਮੈਂ ਕਵਿਤਾ ਬੋਲਦੇ ਮੈਨੂੰ ਬੁਲਾਉਂਦੇ ਸੀ। ਹਾਂਜੀ ਉਸ ਤੋਂ ਬਾਅਦ ਫਿਰ ਆਪਣੇ ਇੰਦਰਾ ਜੀ, ਤਾਂ ਮੈਂ ਉੱਥੇ ਦਿੱਲੀਏ ਦੇਖੇ ਨੇ, ਨਹਿਰੂ ਜੀ ਨੂੰ ਸੁਣਿਆ ਇੱਥੇ, ਗਾਂਧੀ ਜੀ ਵੀ ਦਿੱਲੀ ਦੇਖੇ ਨੇ, ਅਤੇ ਜੈਪ੍ਰਕਾਸ਼ ਨਾਰਾਇਣ ਦੇ ਮੈਂ ਜਲਸੇ 'ਚ ਬਹੁਤ ਬੋਲੇ ਲੁਧਿਆਣੇ, ਅਹਿਮਦਗੜ੍ਹ ਵੀ ਆਏ ਨੇ, ਉਹਨਾਂ ਦਾ ਲੋਹੀਆ ਸਾਹਿਬ ਵੀ ਆਏ ਨੇ। ਦੀਵਾਨਾ ਜੀ ਫਿਰ ਹੋਇਆ ਕੀ, ਵੈਸੇ ਉਸ ਟਾਈਮ ਤਾਂ ਤਿਰੰਗਾ 3 ਰੰਗਾ ਲਾ ਦਿੱਤਾ। ਹਾਂਜੀ ਪਰ ਜਿਹੜੀ ਜਿਹੜੀ ਲਿਗੇਸੀ, ਜਿਹੜੀ ਹੈਰੀਟੇਜ
ਜੇਪੀ ਦੀ ਹੈ ਜਾਂ ਸੋਸ਼ਲਿਸਟਾਂ ਦੀ ਹੈ, ਉਹ ਤਾਂ ਹੋਰ ਵੀ ਭੈੜੀ ਨਿਕਲੀ ਨਿਕਲੀ ਸੀ। ਉਹ ਬੰਦੇ ਉਹ ਦੂਏ ਆ ਗਏ ਜੀ, ਜੈਪ੍ਰਕਾਸ਼ ਨਾਰਾਇਣ ਵਰਗੀ ਤਾਂ ਪੋਜੀਸ਼ਨ ਦੇ ਬੰਦੇ ਰਹੇ ਜੀ, ਫਿਰ ਅਸੀਂ ਵੀ ਨੀ ਹੁਣ ਛੱਡ ਗਏ ਸੀ, ਖਾਮੋਸ਼ ਜ਼ਿੰਦਗੀ ਹੈ ਸਾਡੀ ਵੀ ਜੀ। ਸਾਨੂੰ ਵੀ ਹੁਣ ਜੇ ਸਨਮਾਨਿਤ ਕਰਦੇ ਨੇ ਆਪਣਾ ਤਾਂ ਜਾਈਦਾ ਨੀ, ਆਪਣੇ ਭਗਤ ਸਿੰਘ ਚੌਂਕ ਜੀ ਆ ਐਸੋਸੀਏਸ਼ਨ ਤੇ ਲੈ ਜਾਂਦੇ ਨੇ ਮੁੰਡੇ ਦਾਣਾ ਮੰਡੀ ਦੇ ਵਿੱਚ ਆਪਣੇ, ਇਹ ਆ ਗਾਂਧੀ ਚੌਂਕ 'ਚ ਆਪਣੇ ਜਾਇਦਾ ਆਪਣੀ ਕਵਿਤਾ ਬੋਲੀ ਦੀ ਆਪਣੇ ਜੁਸ਼ੀ, ਉਹੀ ਲਫ਼ਜ਼ ਕਹੇ ਦੇ ਨੇ ਜੋ ਇੱਥੇ ਬੋਲੇ ਆ ਵੈਸੇ ਵੀ ਉਹ ਸਰਕਾਰ ਨਹੀਂ ਹੈ। ਸਾਨੂੰ ਹੁਣ ਵੀ ਇਮਾਨਦਾਰੀ ਨਾਲ ਇਸ ਜਿਹੜੇ ਕਿ ਆਪਣੇ ਸ਼ਾਸਨ ਚੱਲ ਰਿਹਾ ਗਲਤ, ਉਹਦੇ ਖਿਲਾਫ਼ ਲੜਨਾ ਪਊਗਾ। ਅਤੇ ਮੈਂ ਹੁਣ ਵੀ ਮੈਂ ਇਹ ਦਾਅਵੇ ਨਾਲ ਕਹਿੰਦਾ, ਮੈਂ ਮੇਰਾ ਐਲਾਨ ਹੈ ਵੀ ਕਿੱਥੇ ਕੋਈ ਸ਼ਹਿਰ ਦੇ ਕਿਸੇ ਨਜਾਇਜ਼ ਕੋਈ ਕਿਸਮ ਤੰਗ ਕਰਦਾ, ਕੋਈ ਨਜਾਇਜ਼ ਕੰਮ ਹੁੰਦਾ ਤੇ ਇਸ ਉਮਰ 'ਚ ਵੀ ਮੈਨੂੰ ਇਜਾਜ਼ਤ ਦਿਓ, ਮੈਂ ਉੱਥੇ ਬੈਠ ਜਾਂਗਾ ਜਦ ਤੱਕ ਮੈਂ ਆਪਣਾ ਜੀਵਨ ਵਕਫ ਨਹੀਂ ਕਰ ਦਵਾਂਗਾ। ਸਭ ਤੋਂ ਪਹਿਲਾ ਦੀਵਾਨਾ ਜੀ ਤੁਸੀਂ, ਇਹ ਜਿਹੜਾ ਦਲਿਤ ਵਰਗ ਹੈ ਬਿਲਕੁਲ ਵਿਚਾਰੇ ਸਦੀਆਂ ਤੋਂ ਆਪਣੀ ਕਮੇਟੀ ਚ ਲਿੱਤੇ ਨੇ ਜੀ, ਉਹਨਾਂ ਦੇ ਘਰ ਜਾ ਕੇ ਖਾਣਾ ਖਾਣਾ। ਮੈਨੂੰ ਕਹਿੰਦੇ ਸੀ ਵੀ ਹਰਿਆਣਾ ਦੇ ਘਰ ਖਾਂਦਾ, ਮੈਂ ਕੀ ਹੋ ਗਿਆ, ਉਹਨਾਂ ਦੇ ਖਾਣੇ ਚ ਕੁਛ ਪੈ ਗਿਆ। ਬੜੀ ਅੱਛੀ ਦਾਲ ਸਬਜ਼ੀ ਬਣਾਉਂਦੇ ਨੇ, ਬੜਾ ਅੱਛਾ, ਠੀਕ ਹੈ, ਮੈਂ ਮੀਟ ਮੂਟ ਨਹੀਂ ਖਾਂਦਾ, ਹੁਣ ਨਹੀਂ ਬਣਾਉਂਦੇ ਪੈ ਜੇ, ਪਹਿਲਾਂ ਖਾਂਦੇ ਵੀ ਸੀ, ਠੀਕ ਹੈ, ਇਹਦੇ ਵਿੱਚ ਐਸੀ ਕੋਈ ਗੱਲ ਨਹੀਂ ਹੈ, ਲੇਕਿਨ ਜਦੋਂ ਛੱਡਿਆ ਗੁਰੂਆਂ ਨੇ ਤਾਂ ਰੱਬ ਨੇ ਆ ਕੇ ਸਭ ਕੁਛ ਛਡਵਾ ਦਿੱਤਾ, ਨਹੀਂ ਬਣਾਇਆ। ਔਰ ਦੀਵਾਨਾ ਜੀ ਇੱਕ ਬੜੀ ਅਹਿਮਦਗਣਨਾ ਜੁਗਦੀ ਸੀ ਸ਼ਖਸੀਅਤ ਮਹਾਤਮਾ ਤੋਤਾਪੁਰੀ ਜੀ ਦੀ, ਹਾਂ ਤੋਤਾਪੁਰੀ, ਉਹਨਾਂ ਬਾਰੇ ਕੁਛ ਦੱਸੋ ਜੀ। ਕਿਹਾ ਉਹ ਤਾਂ ਜੀ ਐਂ ਥੇ ਵੈਸੇ ਵੀ ਉਹ ਨੰਗਨ ਸਾਧੂ ਤੇ ਫਕੀਰ ਤੇ, ਜਿਨ੍ਹਾਂ ਨੇ ਕਿਸੇ ਚੀਜ਼ ਨਾਲ ਲਗਾਓ ਕੀਤਾ ਹੀ ਨਹੀਂ, ਅੱਛੇ ਘਰ 'ਚ ਜ਼ਿਮੀਦਾਰ ਘਰ ਦੇ ਵੀ ਜਨਮ ਲਿੱਤਾ, ਬਹੁਤ ਅੱਛੀ ਹਾਈ ਫੈਮਿਲੀ ਸੀ। ਹੁਣ ਵੀ ਭਤੀਜੇ ਅਮਰੀਕਾ 'ਚ ਹੈ ਕੋਈ, ਉੱਥੇ ਨੌਕਰ ਹੈ ਕੋਈ, ਕੁਛ ਵੀ ਕੰਮ ਕਰਦੇ ਨੇ। ਪਿੰਡ ਜਿਹੜਾ ਭਰਾ ਸਨ ਉਹਨਾਂ ਦਾ ਵੱਡਾ ਅਤੇ ਛੋਟੇ, ਉਹਨਾਂ ਦੀ ਡੈਥ ਹੋ ਚੁੱਕੀ ਆ, ਭਤੀਜੇ ਨੇ ਥੋੜ੍ਹੀ ਬਹੁਤ ਜ਼ਮੀਨ ਆ ਉੱਥੇ, ਉਹ ਕੰਮ ਕਰਦੇ ਨੇ। ਅਤੇ ਮੇਰੇ ਭਾਈ ਸਾਹਿਬ ਜਾਂਦੇ ਹੁੰਦੇ ਦੇਸਰਾ ਜੀ ਤੋਤਾਪੁਰੀ ਦੇ, ਮੈਂ ਵੀ ਚਲੇ ਗਿਆ, ਉਹਨਾਂ ਨੇ ਮੇਰੇ ਨਾਲ ਜਸਰਾਮ ਰੱਖ ਲਿੱਤਾ, ਬਹੁਤ ਜ਼ਿਆਦਾ ਪਿਆਰ ਕਰਦੇ ਸੀ, ਨੰਗਨ ਰਹਿੰਦੇ ਸੀ, ਫਿਰ ਘਰ ਵੀ ਅਸੀਂ ਲਿਆਂਦੇ ਉਹਨਾਂ ਨੂੰ, ਘਰ ਵੀ ਜਦੋਂ ਦਿਲ 'ਚ ਆਉਣਾ ਰਾਤ ਨੂੰ ਉੱਠ ਕੇ ਭੱਜ ਲੈਣਾ ਜੀ, ਉਸੇ ਤਰ੍ਹਾਂ ਹੀ ਉਹਨਾਂ ਨੇ ਮੇਰਾ ਨਾਮ ਜਸਰਾਮ ਲਿਖਿਆ। ਬਹੁਤ ਉਹਨਾਂ ਦਾ ਕਹਿਣਾ ਚਾਹੀਦਾ ਜੋ ਤੁਸੀਂ ਦੱਸ ਰਹੇ ਹੋ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਸੀ ਵੀ ਇਹ ਸਰੀਰ ਕੁਛ ਨਹੀਂ ਹੈ, ਬੰਦੇ ਦਾ ਕੁਛ ਨਹੀਂ ਹੈ, ਇਹ ਜੇ ਜੋ ਕੋਈ ਅੱਛਾ ਕੰਮ ਹੈ ਤਾਂ ਕਰ ਲਓ, ਇਹ ਕੁਛ ਨਹੀਂ ਸਰੀਰ ਨੇ ਕੰਮ ਨਹੀਂ, ਤਾਂ ਉਹਨਾਂ ਦੀ ਦੇਣ ਹੈ ਜੀ। ਆਪਾਂ ਤਾਂ ਆਪ ਇਹ ਚੀਜ਼ ਹੈ ਆਪਣੇ ਮੇਰੇ ਸਤਿਕਾਰਯੋਗ ਸਾਥੀ ਜੀ, ਬਈ ਆਪਣਾ ਜਿੱਥੇ ਤੱਕ ਹੁੰਦਾ ਜੀ, ਹੁਣ ਵੀ ਸਰਦਾਰ ਬਾਦ ਕੋਈ ਆ ਜਾਵੇ ਜੇ ਤਾਕਤ ਹੈਗੀ ਤਾਂ ਉੱਠ ਕੇ ਉਹਦੇ ਨਾਲ ਕੰਮ ਕਰਵਾ ਦੇਣਾ, ਨਹੀਂ ਚੁੱਪ ਕਰਕੇ ਕਹਿ ਦੇਣੇ ਵੀ ਮੇਰੇ ਸ਼ਕਤੀ ਨਹੀਂ ਹੈ, ਮੈਂ ਨਾਲ ਹੈ। ਹੋਰ ਮੇਰੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਨੇ, ਜੇ ਜ਼ਰੂਰ ਤਾਂ ਮੈਂ ਇੰਨੀ ਕਰ ਸਕਦਾ ਵੀ ਮੈਨੂੰ ਜਾ ਕੇ ਬਿਠਾ ਦਿਉ, ਮੈਂ ਤਾਂ ਉੱਠੂੰਗਾ, ਜਦ ਜਾਂ ਮਰ ਕੇ ਉੱਠੂੰਗਾ ਜਾਂ ਲੈ ਕੇ ਉੱਠੂੰਗਾ। ਅਗਲਾ ਕਹਿੰਦਾ ਜੀ ਹੁਣ ਕਾਹਨੂੰ ਤੁਹਾਨੂੰ ਜਾਣਾ, ਬੱਚੇ ਨੇ, ਘਰ ਵਾਲੀ ਹੈ, ਦੂਜੀ ਸ਼ਾਦੀ ਹੈ, ਪਹਿਲੀ ਵੀ ਇਸ ਤਰ੍ਹਾਂ ਹੀ ਮਰ ਗਈ ਵਿਚਾਰੀ। ਮੈਂ ਜੇਲ੍ਹ 'ਚ ਤੀ ਜਦੋਂ ਪਹਿਲੀ ਘਨੌਰੀ ਸ਼ਾਦੀ ਹੋਈ ਹੈ ਜੀ ਮੇਰੀ, ਰਥਾਂ 'ਚ ਗਈ ਸੀ ਬਰਾਤ ਧੂਰੀ ਤੋਂ, ਉਸ ਵਕਤ ਗੱਲ ਸੀ ਆਹ ਤੱਪੜ ਵਿਛਾ ਕੇ ਰੋਟੀ ਖਿਲਾਉਂਦੇ ਹੁੰਦੇ ਆਪਣੇ, ਚਲੋ ਸਵਾ ਕੁ ਸਾਲ ਬਾਅਦ ਵਿਚਾਰੀ ਉਹ ਮਰ ਗਈ। ਇਹ ਦੂਸਰੀ ਸ਼ਾਦੀ ਤਾਂ 54 'ਚ ਹੋਈ ਹੈ ਅਹਿਮਦਗੜੇ ਜੀ,
ਤੇ ਮਾਸਟਰ ਸਤਪਾਲ ਦੀ ਲੜਕੀ ਸੀ, ਹੈਡ ਮਾਸਟਰ ਸੀ, ਇਹਦੀ ਸਿਸਟਰ ਵੀ ਹੈਡ ਮਾਸਟਰ ਸੀ ਫੂਲ ਕੁਮਾਰੀ, ਉਹ ਸਭ ਮਰ ਗਏ ਉੱਥੇ। ਇਹਦਾ ਲੜਕਾ ਹੈ ਪ੍ਰਦੀਪ ਹੈ ਜੀ, ਵੱਡਾ ਛੋਟੀ ਮਮਤਾ ਹੈ, ਜਲੰਧਰ ਹੈ, ਪੁਰਾਣਾ ਦੂਰਦਰਸ਼ਨ 'ਚ ਇਲੈਕਟ੍ਰਿਕ ਇੰਜੀਨੀਅਰ ਹੈ, ਬਹੁਤ ਅੱਛੀ ਪੋਸਟ ਹੈ। ਲੜਕੀ ਹੈ ਉਹ ਵੀ ਐਮ ਬੀ ਬੀ ਐਸ ਹੈ, ਪ੍ਰੋਫੈਸਰ ਹੈ ਕਾਲਜ 'ਚ ਪੜ੍ਹਾਉਂਦੀ ਹੈ। ਵੈਸੇ ਉੱਥੇ ਮੈਰਿਜ ਹੋਈ ਸੀ ਉਹ ਅਮਰੀਕਾ 'ਚ, ਉਹ ਕਿਤੇ ਉਹਨਾਂ ਦੀ ਭੂਆ ਨੇ ਠੱਗੀ ਨਾਲ ਕੋਈ ਰਿਸ਼ਤਾ ਲੈ ਲਿਆ, ਹੁਣ ਕਹਿੰਦੇ ਉਹ ਅਮਰੀਕਾ 'ਚ ਰਹੂਗੇ, ਕਹਿੰਦੇ ਮੈਂ ਅਮਰੀਕਾ ਜਾਣਾ ਨਹੀਂ, ਵਾਪਸ ਨਹੀਂ ਭੇਜਣਾ। ਲੜਕੀ ਉਰੇ ਹੈ ਜੀ। ਵੈਸੇ ਦੀਵਾਨਾ ਜੀ, ਅੱਜ ਕੱਲ੍ਹ ਮੇਲੇ ਦਾ ਦਿਨ ਹੈ, ਤੁਸੀਂ ਸਾਨੂੰ ਥੋੜ੍ਹਾ ਜਿਹਾ ਸਮਝਾਓ ਮੇਲੇ ਦਾ ਤੁਹਾਡੀਆਂ ਯਾਦਾਂ ਜੀ। ਕਾਹਦੇ ਯਾਦਾਂ ਤੋਂ ਨਹੀਂ ਦਿੰਦੇ ਹੁੰਦੇ ਘਰ ਦੇ ਖਰਚਣ ਨੂੰ। ਇੱਥੇ ਡੈਸ ਆਉਂਦੇ ਹੁੰਦੇ ਆ ਪਠਾਨ ਦੇ, ਉਹ ਪਾਨ ਚਿੜੀਆ ਹੁਕਮ ਆਏ, ਉਹ ਜੱਕਾ ਆਏ, ਉਹ ਲਾਉਂਦੇ ਹੁੰਦੇ ਲੋਕਾਂ ਦੇ ਪੈਸੇ 'ਚ। ਜ਼ਿਮੀਦਾਰਾਂ ਨੇ ਖੜ ਜਾਣਾ ਦੇਖਣਾ, ਆਪਣੇ ਚਾਰ ਪੰਜ ਬੰਦੇ ਕਢਾ ਦੇਣੇ, ਉਹਨਾਂ ਨੂੰ ਰੁਪਈਏ ਦੇ ਦੇਣੇ, ਇੱਕ ਹਜ਼ਾਰ ਰੁਪਈਏ ਦੇ ਦਸ ਦੇ ਦੇ, ਫਿਰ 10 ਲਾ ਤੇ ਉਹਨੇ 50 ਦੇ ਦੇਣੇ, 50 ਆ ਗਏ ਫਿਰ ਹੁਣ 200 ਦੇ ਦੇਣਾ। ਜੱਟਾਂ ਨੇ ਫਸ ਜਾਣਾ, ਉਹਨਾਂ ਨੇ ਉਸੇ ਤਰ੍ਹਾਂ ਫਿਰ ਨੋਟ ਕੱਢ ਕੇ ਉਹ ਲੈ ਲੈਣੀਆਂ ਟਿਕਟਾਂ ਜੀਆਂ, ਹੌਲੀ ਹੌਲੀ ਉਹਨਾਂ ਦੇ ਸਾਰੇ ਪੈਸੇ ਜੱਟਾਂ ਦੇ ਉਹਨਾਂ ਨੇ ਧਰਾ ਲੈਣੇ। ਮੇਰੇ ਤੋਂ ਵੀ ਧਰਾ ਲਿੱਤੇ ਜੀ, ਜਿਹੜੇ 5-7 ਰੁਪਈਏ ਸੀਗੇ। ਮੈਂ ਕਿਹਾ ਠੀਕ ਹੈ, ਫਿਰ ਮੈਨੂੰ ਪਤਾ ਲੱਗ ਗਿਆ ਜਦ ਮੈਂ ਪੈਸੇ ਦਿੰਦੇ ਦੇ, ਫਿਰ ਉਹਨਾਂ ਨੇ ਮੈਨੂੰ ਕਿਹਾ, ਕਹਿੰਦੇ ਤੁਸੀਂ ਆ ਜਾਓ, ਆਹ ਲਓ ਤੁਸੀਂ 10 ਰੁਪਏ ਦੀ ਪਾਨ ਤੁਸੀਂ ਲਾਓ। ਮੈਂ ਲਾਉਣ ਲੱਗ ਗਿਆ, ਉਹਨਾਂ ਨੇ ਮੈਨੂੰ 5 ਦੇ ਦਿੱਤੇ, ਫਿਰ ਮੈਂ 5 ਲਾ ਤੇ, ਉਹਨਾਂ ਨੇ ਮੈਨੂੰ 25 ਦੇ ਦਿੱਤੇ। ਮੈਂ ਤਾਂ ਜੇ 30-35 ਮੈਂ ਤਾਂ ਚੁਪੜ ਕੇ ਕਰ ਲੂੰ, ਮੈਂ ਕਿਹਾ ਇੱਥੇ ਕਰਾਓ, ਮੇਰੇ ਪੈਸੇ ਮੁੜ ਆਏ। ਮੈਂ ਤਾਂ ਗਿਆ ਨੀ, ਇਹ ਹਕੀਕਤ ਹੈ ਜੀ। ਮੈਂ ਤੁਹਾਨੂੰ ਆਪਣੇ ਮੇਲੇ ਦੀ ਗੱਲ, ਕੋਈ ਆਪਣੇ ਮਰਜ਼ੀ ਕਾਟੋ ਨਾ ਹੈ ਜੀ। ਹੋਰ ਆਪਣੇ ਕੋਈ ਯਾਦ ਨੀ ਸਾਹਿਬ ਜੀ, ਉਸ ਵਾਰ ਤਾਂ ਬਥੇਰੀਆਂ ਯਾਦ ਸੀ, ਲੇਕਿਨ ਦਿਮਾਗ ਚ ਕੋਈ ਨੀ ਆਉਂਦੀ। ਮੈਨੂੰ ਲੱਗਦਾ ਕਿ ਇਹ ਫਿਲਮਾਂ ਕਈ ਬੜੀਆਂ ਬੜੀਆਂ, ਤੁਸੀਂ ਕਿਉਂਕਿ ਤੁਹਾਡਾ ਕਲਾਕਾਰ ਜਿਹੜਾ ਬਹੁਤ ਮਨ ਹੈਗਾ ਸੀ, ਕੁਛ ਫਿਲਮਾਂ ਤੁਹਾਨੂੰ ਕੋਈ ਅੱਛੀਆਂ ਲੱਗੀਆਂ ਹੋਣ? ਮੈਂ ਜੀ ਮੈਂ ਤੁਹਾਨੂੰ ਉਸੇ ਬਾਰੇ ਇੱਕ ਦੱਸਣਾ ਚਾਹੁੰਦਾ ਵੀ ਮੈਨੂੰ ਭਾਬੀ ਪਿਕਚਰ 'ਚ ਸਿਲੈਕਟ ਕਰ ਲਿੱਤਾ। ਭਾਬੀ ਪਿਕਚਰ ਬਣੀ ਸੀ ਉਹਨੇ ਦੇਣੀ, ਉਹ 'ਚ ਮੈਨੂੰ ਰੋਲ ਦਿੱਤਾ ਉਹਨਾਂ ਨੇ, ਵਕੀਲ ਦਾ ਜੀ ਪਤਾ ਨਹੀਂ, ਅਤੇ ਮੈਨੂੰ ਉਹਨਾਂ ਨੇ ਸੱਦ ਲਿੱਤਾ ਲਾਹੌਰ। ਐਡਾ ਮੱਥਾ ਉਹਦਾ ਮੁਸਲਮਾਨ ਸੀ ਡਾਇਰੈਕਟਰ, ਅਤੇ ਪੈਂਟ ਕੋਟ ਪਾਇਆ ਹੋਇਆ ਉਹਦੇ, ਮੈਨੂੰ ਕਹਿੰਦਾ ਲਓ ਜੀ ਮੈਂ ਤੁਹਾਨੂੰ ਡਾਇਲਾਗ, ਮੈਨੂੰ ਕਹਿੰਦਾ ਤੁਸੀਂ ਸੁਣਾਓ। ਮੈਂ ਹੁਣ ਇਸ ਤਰ੍ਹਾਂ ਦੀ ਸੀ ਸੁਣਾ ਤੇ, ਅਤੇ ਉਹ ਕਹਿੰਦਾ ਨਹੀਂ ਹੈ, ਤੁਸੀਂ ਇੱਕ ਵਕੀਲ ਦਾ ਰੋਲ ਅਦਾ ਕਰਨਾ। ਮੈਂ ਕਿਹਾ ਅੱਛਾ ਜੀ। ਕਹਿੰਦਾ ਖੜ੍ਹੇ ਹੋ ਜਾਓ। ਮੈਂ ਖੜ੍ਹੇ ਹੋਏ, ਉਹ ਖੜ੍ਹ ਗਿਆ। ਕਹਿੰਦਾ ਕਹੋ, ਮਾਈ ਲਾਰਡ ਐਂਡ ਦਾ ਜੈਂਟਲਮੈਨ ਆਫ ਦਾ ਜਿਊਰੀ, ਕਬਲ ਇਸਕੇ ਕਿ ਮੈਂ ਅਸਰੇ ਨੌ ਵਾਕਿਆਤ ਕਾ ਜ਼ਿਕਰ ਕਰਕੇ ਅਦਾਲਤੇ ਆਲੀਆ ਕਾ ਕੀਮਤੀ ਵਕਤ ਸਰਫ ਕਰੂੰ, ਸਿਰਫ ਇਤਨਾ ਹੀ ਬਤਾ ਦੇਣਾ, ਕਾਫੀ ਸਮਝਤਾ ਹੂੰ, ਕਿ ਕਾਤਲ ਨੇ ਮਕਤੂਲ ਕੋ ਕਤਲ ਕਰਕੇ ਔਰ ਬਾਕੀਓ ਕੋ ਕਤਲ ਕੀ ਧਮਕੀ ਦੇ ਕਰ ਰਾਹੇ ਫਰਾਰ ਅਖਤਿਆਰ ਹੋਣੇ ਕੀ ਕੋਸ਼ਿਸ਼ ਕੀ,
ਜਿਸਨੇ ਕਿ ਆਪਣੀ ਸ਼ਕਲ ਬਿਲਕੁਲ ਤਬਦੀਲ ਕਰ ਲਈ ਹੈ ਇੰਨੇ ਵਾਸਤੇ। ਆਪਾਂ ਜਦੇ ਉਹਨਾਂ ਨੂੰ ਕਹਿ ਦਿੱਤਾ, ਉਹ ਕਹਿੰਦੇ ਸਿਲੈਕਟ ਜਦੋਂ ਹੀ ਅਨਾਰ ਗਲੀ ਦੇ ਵਿੱਚ ਜਲਸਾ ਹੋ ਰਿਹਾ ਸੀ, ਮੀਆਂ ਅਫਸਾਰਉਦੀਨ ਬੋਲ ਰਿਹਾ ਸੀ ਕਾਂਗਰਸ ਦਾ ਸਦਰ, ਮੈਂ ਜਾ ਕੇ ਨਾਂ ਦੇ ਦਿੱਤਾ ਜੀ। ਉਹ ਮੈਨੂੰ ਉਹਨਾਂ ਨੇ ਸੱਦ ਦਿੱਤਾ, ਮੈਂ ਬੋਲਦੀ ਹਾਏ ਗੁਲਾਮੀ ਹਾਏ ਗੁਲਾਮੀ, ਗੁਲਾਮੀ ਕੀ ਹੈ ਕਿਆ, ਹਾਂਜੀ ਹਾਏ ਗੁਲਾਮੀ ਹਾਏ ਗੁਲਾਮੀ ਹੈ ਧਿਕਾਰ ਗੁਲਾਮੀ ਹੋ ਜਿਸਮੇ ਵੀਰਾਨੀ, ਹਾਏ ਗੁਲਾਮੀ ਹਾਏ ਗੁਲਾਮੀ, ਗੁਲਾਮ ਗੁਲਾਮੀ ਨੇ ਦੇਖੇ ਹੈ ਕਿਆ ਦਿਨ ਦਿਖਾਏ, ਭਗਤ ਰਾਜ ਸੁਖਦੇਵ ਫਾਂਸੀ ਚੜਾਏ, ਲੁਟਾ ਦੀ ਜੈਤੰਦਰ ਨੇ ਆਪਣੀ ਜਵਾਨੀ, ਹਾਏ ਗੁਲਾਮੀ ਹਾਏ ਗੁਲਾਮੀ। ਦੀਵਾਨੇ ਤੁਮੇ ਹਮ ਸੰਭਲਣਾ ਪੜੇਗਾ, ਨਿਜ਼ਾਮੇ ਹਕੂਮਤ ਬਦਲਣਾ ਪੜੇਗਾ, ਕਿ ਵਾਬਸਤਾ ਹੈ ਜਿਸ ਸੇ ਯੇ ਜ਼ਿੰਦਗਾਨੀ, ਹਾਏ ਗੁਲਾਮੀ ਹਾਏ ਗੁਲਾਮੀ। ਬਾਕੀ ਲੈਣਾ ਮੇਰੇ ਕੋਲ ਯਾਦ ਹੈ, ਲਿਖੀ ਹੋਈ ਮੇਰੇ ਪਾਸ, ਇਹ ਪੰਫਲਟ ਛਪਿਆ ਸੀ 2-3 ਹਜ਼ਾਰ, ਸਿਰਫ ਕੰਮ ਨਹੀਂ 10 ਪੈਸੇ, ਕੰਮ ਨਹੀਂ 20 ਪੈਸੇ ਦੀ ਕੀਮਤ ਰੱਖੀ ਸੀ, ਲੁਧਿਆਣੇ ਪ੍ਰੈਸ 'ਤੇ ਚਲਾਇਆ ਸੀ, ਵਿਕ ਬੁੱਗੀ ਆ, ਪਤਾ ਨਹੀਂ ਪੈਸੇ ਲਿੱਤੇ ਨਹੀਂ ਕਿਤੇ, ਤਾਂ ਉਹ ਵੀ ਫਰੀ ਤਕਸੀਮ ਹੋਏ ਨੇ, ਉਹਦੀ ਮੈਂ ਦੱਸਿਆ ਜੀ ਵੀ 1-2 ਕਾਪੀ ਤੇਰੀ ਪੂਰੀ ਭਵਨ 'ਚ ਹੈ। ਮਤਲਬ ਜੀ ਮੇਲੇ 'ਚ ਇੰਨਾ ਇਹ 1.5-2 ਸਾਲ ਤੋਂ ਬਿਲਕੁਲ ਰਿਕਾਰਡਡ ਹੈ ਕਿ ਹੋ ਰਿਹਾ ਹੈ, ਤੁਹਾਨੂੰ ਮੇਲੇ ਦੀ ਕੋਈ ਚੰਗੀ ਗੱਲ ਕੋਈ ਯਾਦ ਕਿਹੜੀ ਲੱਗੀ ਬਹੁਤ, ਜੋ ਹੋ ਕੇ ਇਹ 'ਚ ਯਾਦ ਰੱਖਣ ਵਾਲੀ ਚੀਜ਼? ਮੇਲੇ 'ਚ ਕਾਹਦੀਆਂ ਯਾਦਾਂ ਨੇ ਜੀ, ਉਸ ਵਕਤ ਇਹ ਸੀ ਵੀ ਜਿਹੜਾ ਦੇਖਦੇ ਹੁੰਦੇ ਸੀ, ਜਾਂ ਤਾਂ ਤੁਹਾਨੂੰ ਦੱਸਦੇ ਵੀ ਕਾਰਟੂਨ ਆਈਆਂ ਦੀ ਚੀਜ਼ਾਂ ਜ਼ਿਮੀਦਾਰ ਗਾਉਂਦੇ ਸੀਗੇ, ਜਾਂ ਬਹੁਤੇ ਸ਼ਰਾਬ ਪੀ ਕੇ ਟਿੱਬਿਆਂ 'ਤੇ ਪਏ ਹੁੰਦੇ, ਜਾਂ ਫਿਰ ਆ ਪਠਾਣਾ ਦੇ ਜੂਏ ਦੇ ਵਿੱਚ ਉਸ ਔਰ ਦੇ ਪਠਾਨਕਾ ਖੇਲ ਸੱਚਾ ਐ ਬੁੱਕ ਚਮੜੇ ਦੇ ਬੁੱਕ 'ਚ ਪਾ ਕੇ ਚਿੜੀਆ ਪਾਨ ਹੁਕਮ ਆਪਣੇ ਉਹ ਪਾ ਕੇ ਐਂ ਸਿੱਟ ਦੇਣਾ, ਉਹ ਨਿਕਲਣਾ ਨੰਬਰ, ਪਹਿਲਾਂ ਅਗਲੇ ਨੂੰ ਪੈਸੇ ਦੇ ਦੇਣੇ, ਫਿਰ ਖਾਲੀ ਕਰਾ ਲੈਣੀ। ਤੁਸੀਂ ਇੰਨੇ ਗਰਮੀਆਂ 'ਚੋਂ ਲੰਘਦੇ ਹੋਏ, ਇਹ ਜਿਹੜਾ ਇੱਥੇ ਸਰਪ ਪੂਜਾ ਦਾ, ਨਾਗ ਦੇਵਤਾ ਦਾ ਇੱਕ ਕਿਸਮ ਦਾ ਸਨਮਾਨ, ਹਾਂਜੀ ਹਾਂ, ਤੁਸੀਂ ਕੀ ਮਹਿਸੂਸ ਕਰਦੇ ਹੋ? ਮਿੱਟੀ ਕੱਢਣ ਦਾ ਵਿਸ਼ਵਾਸ ਹੈ ਕਿ ਸੱਪ ਤੋਂ ਬਚਾਵ ਹੁੰਦਾ ਹੈਗਾ? ਦੇਖੋ ਜੀ, ਜਿਹਦਾ ਅੱਜ ਦੇ ਨਜ਼ਰੀਏ ਨਾਲ ਲੋਕ ਤਾਂ ਮੰਨਦੇ ਨੇ, ਮੈਂ ਤਾਂ ਇੱਕ ਚੀਜ਼ ਨੂੰ ਮੰਨਦਾ, ਸਾਫ ਚੀਜ਼ ਹੈ ਵੀ ਸਰਪ ਦੇਵਤਾ ਜਿਹੜਾ ਇੱਥੋਂ ਪ੍ਰਗਟ ਹੋਇਆ, ਵੈਸੇ ਉਹ ਕੋਈ ਹਸਤੀ ਹੈ, ਕੋਈ ਦੇਵਤਾ, ਆਪਾਂ ਵੀ ਮੰਨਦੇ ਵੀ ਨਾਗ ਦੇਵਤਾ ਹੈ, ਦੇਖੇ ਵੀ ਨੇ ਘਰਾਂ 'ਚੋਂ, ਨਿਕਲੇ ਵੀ ਨੇ, ਕਢਵਾਏ ਵੀ ਨੇ ਘਰਾਂ ਦੇ ਵਿੱਚੋਂ, ਵੀ ਇਹ ਕੋਈ ਹੈ ਸ਼ਖਸੀਅਤ ਹੈ, ਦੇਵਤਾ ਹੈ। ਬਾਕੀ ਚਾਹੇ ਕੋਈ ਕਿੱਡਾ ਦੇਵਤਾ ਹੈ, ਚਾਹੇ ਕੋਈ ਜਾਨਵਰ ਹੈ, ਕੋਈ ਕੁਛ ਵੀ ਹੈ, ਜੇ ਆਪਾਂ ਉਹਦੀ ਉਪਾਸਨਾ ਕਰੀਏ, ਉਹਦੀ ਮਾਨਤਾ ਕਰੀਏ, ਤਾਂ ਉਹ ਵਰ ਜ਼ਰੂਰ ਦਿੰਦਾ ਜੀ। ਮੇਰਾ ਇੱਕ ਵਿਸ਼ਵਾਸ ਹੈਗਾ, ਐਸਾ ਮੇਰਾ ਵਿਸ਼ਵਾਸ ਹੈ ਵੀ ਮਾਨਤਾ ਕਿ ਦਿਲ ਦਾ ਵਿਸ਼ਵਾਸ ਹੈ ਵੀ ਉਹ ਤੁਸੀਂ ਕਹੋ ਪੂਰੀ ਹੋ ਜਾਂਦੀ ਹੈ ਮਨ ਦੀ ਕਾਮਨਾ। ਵੈਸੇ ਆਪਾਂ ਇਹ ਚੀਜ਼ ਕਹਿੰਦੇ ਵੀ ਮਾਨਤਾ ਬਈ ਸੁੱਖ ਰੱਖੀ, ਸ਼ਾਂਤੀ ਦੇਈ, ਬਚਾਈ ਹੈ ਨਹੀਂ, ਸਮਝੋ ਕਿਸੇ ਐਸੀ ਜਗ੍ਹਾ ਤੋਂ ਆਪਾਂ ਆਪਣੇ ਡਰ ਮਾਰੇ ਕਹਿੰਦੇ ਹਾਂ। ਪੁਰਾਣੇ ਵਕਤਾਂ ਜਦ ਬਿਜਲੀਆਂ ਨਹੀਂ ਸੀ, ਅੰਧੇਰਾ, ਕੱਚੇ ਮਕਾਨ ਹੁੰਦੇ ਜੀ, ਮੈਂ ਜੋ ਨਿਕਲਣਾ ਵੈਸੇ ਅੱਜ ਸਭ ਸੱਪਾਂ ਵਾਲੇ ਆਉਂਦੇ ਹੁੰਦੇ, ਇਹਨਾਂ ਨੇ ਫੜਨੇ ਰੁਪਈਏ 5-10 ਦੇ ਕੇ ਇਹਨਾਂ ਤੋਂ ਘੁਟਵਾਉਣਾ, ਇਹਨਾਂ ਤੋਂ ਫਿਰ ਇਹਨਾਂ ਨੇ ਕਹਿਣਾ ਆਹ ਰਾਸ਼ਨ ਦਿਓ ਜੀ, ਆਟਾ ਦਿਓ, ਆਹ ਦਿਓ, ਉਹ ਵੀ ਦੇਣੇ। ਵੈਸੇ ਹੁਣ ਤਾਂ ਕੋਈ ਐਸੀ ਗੱਲ ਨਹੀਂ। ਔਰ ਆਪਣੇ ਅਹਿਮਦਗੜ੍ਹ ਦੀਆਂ ਕੋਈ ਤੁਹਾਨੂੰ ਸ਼ਖਸੀਅਤਾਂ, ਕੋਈ ਗੀਤ ਸੰਗੀਤ ਕਿਸੇ ਨੇ ਨਾ ਕੱਟਿਆ ਹੋਵੇ,
ਕੋਈ ਹੋਰ ਤੁਹਾਨੂੰ ਬਹੁਤ ਇਨਸਾਨ ਦੇ ਤੌਰ ਤੇ ਤੁਹਾਨੂੰ ਲੱਗਿਆ ਵੀ ਆਪਣੇ ਸ਼ਹਿਰ ਚ ਬਸਦਾ ਸੀ ਪਰ ਕੀ ਰੱਬ ਰੂਪ ਸੀਗਾ? ਦੇਖੋ ਜੀ ਹੁਣ ਜੇ ਦੇਵਤਾ ਚੌਧਰੀ ਜਗੀਰੀ ਲਾਲ ਹੋਇਆ, ਅੱਛਾ ਦੇਵਤਾ ਇਨਸਾਨ ਸੀ ਵੈਸੇ ਪੂਰਾ ਹੀ ਨੀ, ਕਿਸੇ ਗਰੀਬ ਦੀ ਕੋਈ ਗੱਲਬਾਤ ਕੋਈ ਹੋਰ ਤੇ ਬੋਲ ਕੇ ਕੰਮ ਕਰਨਾ ਹੁੰਦਾ ਤਾਂ ਕਰ ਦੇਣਾ। ਇਹ ਆਪਣੇ ਸਰਦਾਰ ਬਚਿੰਦ ਸਿੰਘ ਜੀ ਵੀ ਹੁੰਦੇ ਸੀ, ਰੈਸਾ ਮੁਨਸ਼ੀ ਗੁਲਾਬ ਦਾਸ ਵੀ, ਉਹ ਵੀ ਬਹੁਤ ਨੇਕ ਤੇ। ਹੁਣ ਇੱਧਰ ਆਪਣੇ ਸਰਦਾਰ ਮਹਿੰਦਰ ਸਿੰਘ ਜੀ ਆਪਣੇ ਇੱਧਰ ਵੀ ਆਉਣਾ, ਵੈਸੇ ਕੋਈ ਐਸੀ ਗੱਲ ਨੀ ਹੈ ਇਹਨਾਂ ਦਾ ਆਪਣਾ। ਸਰਦਾਰ ਪਰਾਗ ਸਿੰਘ ਦੀਆਂ ਕੁਛ ਤੁਹਾਡੀਆਂ ਇੰਨੀਆਂ ਨਜ਼ਦੀਕੀ ਦੀਆਂ ਯਾਦਾਂ? ਉਹ ਯਾਦਾਂ ਵੀ ਮੇਰੇ ਨਾਲ ਰਹੇ ਨੇ, ਇਕੱਠੇ ਅਸੀਂ ਲੈਲਪੁਰ ਜੇਲ੍ਹ 'ਚ ਰਹੇ ਹਾਂ, ਇਕੱਠੇ ਪੈਣਾ ਇੱਕੋ ਯਾਨੀ ਇਕੱਠੇ, ਸਰਦੀਆਂ ਦੇ ਵਿੱਚ ਜੱਫੀ ਪਾ ਕੇ ਪੈਣਾ ਸਮਝੋ ਪਾਲਾ ਹੋਣਾ, ਵੈਸੇ ਇੱਕ ਜਿਵੇਂ ਬੜੇ ਭਰਾ ਦੇ ਤੌਰ ਤੇ ਛੋਟੇ ਭਰਾ ਪਏ ਨੇ। ਉਹਨਾਂ ਦੀ ਜ਼ਬਾਨ ਤੋਤਲੀ ਸੀ ਜ਼ਰੂਰ ਜੀ, ਯਾਨੀ ਮੂੰਹ ਬੋਲਣ ਲੱਗੇ ਮੂੰਹ 'ਚੋਂ ਚੱਕ ਜਾਣ ਲੱਗ ਗਈ ਸੀ, ਲੇਕਿਨ ਮੈਂ ਅੱਜ ਤੱਕ ਇਹੋ ਜਿਹਾ ਇਮਾਨਦਾਰ ਔਰ ਸੱਚਾ ਸੁੱਚਾ ਇਨਸਾਨ ਮੈਂ ਨਹੀਂ ਦੇਖੋ, ਕਿਉਂ ਮੇਰੇ ਨਾਲ ਉਹ ਲੈਲਪੁਰ 6 ਮਹੀਨੇ ਜੇਲ੍ਹ 'ਚ ਰਹੇ। ਇਸ ਤੋਂ ਇਲਾਵਾ ਬਾਅਦ 'ਚ ਵੀ ਜਦੋਂ ਬਿਮਾਰ ਨੇ ਮੈਂ ਮੋਢਿਆਂ 'ਤੇ ਚੱਕ ਕੇ ਉਹਨਾਂ ਨੂੰ, ਆਹ ਧੂਰੀ ਵਾਲਾ ਜਿਹੜਾ ਉਹ ਕ੍ਰਾਸ ਕਰੀਦਾ ਨਾ ਜੀ ਲੰਬਾ ਜਿਹਾ ਪੁਲ, ਐਂ ਪਰਲੇ ਪਾਸੇ ਨੂੰ ਜਾਈਦਾ ਪਟਿਆਲੇ ਨੂੰ ਜਾਣ ਲੱਗੇ, ਉਹ ਮੈਂ ਆਪਣੀ ਟੂਈ 'ਤੇ ਉਹਨਾਂ ਨੂੰ ਚੱਕ ਕੇ ਲੈ ਕੇ ਉੱਧਰ ਜਾਣਾ, ਫਿਰ ਦਾਖਲ ਕਰਾਉਣਾ ਉੱਥੇ ਹਸਪਤਾਲ 'ਚ, 5-5 ਦਿਨ ਉਹਨਾਂ ਕੋਲ ਠਹਿਰਨਾ। ਮੇਰੀ ਵੀ ਪਹਿਲੀ ਸ਼ਾਦੀ ਦੀ ਡੈਥ ਹੋ ਚੁੱਕੀ ਸੀ, ਘਰ ਮਾਤਾ ਜੀ ਸਰ ਜਿੱਥੇ ਮਰਜ਼ੀ 10 ਦਿਨਾਂ 20 ਦਿਨਾਂ ਮੈਨੂੰ ਕੋਈ ਐਸੀ ਫਰਕ ਨਹੀਂ, ਉਹਨਾਂ ਦੇ ਕੋਲੇ ਰਹਿਣਾ। ਦੀਵਾਨਾ ਜੀ ਇਹ ਜਿਹੜਾ ਸੰਨ 47 'ਚ ਕਤਲੋ ਗਾਰਦ ਹੋਈ, ਇਹ ਕਿਸੇ ਨੇ ਨਹੀਂ ਸੀ ਸੋਚੀ? ਮੈਂ ਤਾਂ ਜੀ ਦੇਖਿਆ ਵਾਕਿਆ ਸਾਰੇ, ਆਹ ਧੂਰਕੁੱਟ ਵਾਲੇ ਦਰਵਾਜ਼ੇ ਜਿੰਨੇ ਮੁਸਲਮਾਨ ਉੱਥੋਂ ਆਉਂਦੇ ਸੀ ਜਾਂ ਹਿੰਦੂ ਬਚ ਕੇ ਆਉਂਦੇ ਸੀ, ਉਹਨਾਂ ਨੇ ਇੱਧਰ ਆ ਜਾਣਾ। ਇੱਧਰ ਆਪਣੇ ਇੱਧਰ ਵੀ ਆਪਣੇ ਬਲਵੰਤ ਸਿੰਘ ਆਪਣਾ ਐਸੋਸੀਏਸ਼ਨ 'ਤੇ ਹੀ ਰਹਿੰਦਾ ਹੁੰਦਾ ਸੀ, ਨਾਈ ਸੀ, ਹੋਟਲ ਕਰਦਾ ਹੁੰਦਾ ਸੀ, ਉਹਦੇ ਨਾਲ 10-20 ਹੋਰ ਗੁੰਡੇ ਹੋਣੇ, ਉਹਨਾਂ ਨੇ ਵੀ ਲੁੱਟਣ ਦੀ ਕੋਸ਼ਿਸ਼ ਕਰਨੀ ਵੀ ਜਿਹੜੇ ਆਉਂਦੇ ਨੇ ਉੱਥੋਂ ਲੋਕ, ਇਹ ਜਿਹੜਾ ਮਾਲ ਚੱਕ ਕੇ ਲਈਏ ਉਹ ਵੀ ਲੁੱਟ ਲਈਏ, ਉਹਨਾਂ ਨੂੰ ਬਚਾਉਣਾ ਜੀ। ਫਿਰ ਅਹਿਮਦਗੜ੍ਹ 'ਚ ਜਿੰਨੇ ਮੁਸਲਮਾਨ ਆਏ ਉਹਨਾਂ ਦੇ ਰਾਸ਼ਨ ਪਹੁੰਚਾਉਣਾ ਜੀ, ਘਰ ਘਰ ਜਾ ਕੇ ਇਕੱਠਾ ਕਰਨਾ ਅਹਿਮਦਗੜ੍ਹ ਦੁਕਾਨਦਾਰਾਂ ਤੋਂ ਪੈਸੇ, ਉਹਨਾਂ ਦੇ ਘਰ ਰਾਸ਼ਨ ਦੇ ਕੇ ਆਉਣਾ। ਉਹਨਾਂ ਨੇ ਕਹਿਣਾ ਇੰਨੀ ਜਾਂਦਿਆਂ ਨੂੰ ਪੂਜਣਾ ਜੀ ਵੀ ਸਾਡੇ ਲਈ ਪਤਾ ਨਹੀਂ ਰੱਬ ਆ ਗਿਆ ਕੀ ਆ ਗਿਆ ਚੀਜ਼ ਆ, ਮੈਂ ਨਹੀਂ ਪਰਵਾਹ ਮੰਨੀ ਵੀ ਕਿਸੇ ਦੀ ਮੁਖਾਲਫਤ ਦੀ ਵੀ ਕੋਈ ਮੈਨੂੰ ਕੀ ਕਹੂ ਜਾਂ ਮੈਨੂੰ ਕੀ ਕਰੂ। ਮੇਰੇ ਨਾਲ ਹਰੀਰਾਮ ਗੁਪਤਾ ਵੀ ਸੀਗਾ, ਇਹ ਜੀ ਮੋਹਨ ਲਾਲ ਤਾਂ ਘਰੇ ਬੈਠਾ ਰਹਿੰਦਾ ਸੀ, ਇਹ ਮਦਦ ਕਰਦਾ ਸੀ, ਲੇਕਿਨ ਹਰੀਰਾਮ ਗੁਪਤਾ ਮੇਰੇ ਨਾਲ ਸੀ। ਅਤੇ ਇੱਕ ਅਮਰਨਾਥ ਹੁੰਦਾ ਸੀ ਫੁੰਮਣ ਦਾ, ਇੱਕ ਰਾਮ ਜੀ ਦਾਸ ਹੁੰਦਾ ਸੀ ਲਹਿਰੇ ਦਾ, ਇਸ ਤਰ੍ਹਾਂ 5-7 ਚੰਗੇ ਹੁਕਮ ਹੀ ਹੁੰਦਾ ਸੀ। ਮਹਾਵੀਰ ਦਲ ਜਾਣਾ ਮੁਸ਼ਕਲ ਗਿਆ, ਹਰਜਣ ਹੁੰਦਾ, ਅਸੀਂ ਸਭ ਨੂੰ ਰਾਸ਼ਨ ਪਹੁੰਚਾਉਣਾ ਜੀ ਇੱਧਰ 1-1.5 ਮਹੀਨਾ। ਇਹ ਵੀ ਲੋਕਾਂ ਨੇ ਕਹਿਣਾ ਵੀ ਬਾਬਾ ਉਸ ਵਕਤ ਦੇ ਸਮਝ ਤੁਸੀਂ ਇੱਕ ਲਹਿਰੇ ਹੀ ਰੰਗ ਸੀ, ਇੱਕ ਲਹਿਰੇ ਨਜ਼ਾਰਾ ਸੀ, ਕੋਈ ਕਿਸੇ ਨੂੰ ਪੁੱਛਦਾ ਨਹੀਂ ਸੀ। ਪ੍ਰਕਾਸ਼ ਕੁਪਾਲੇ ਦਾ ਕਾਰਖਾਨਾ ਉੱਥੇ, ਯਾਨੀ ਮਾੜੇ ਜਿਹੇ ਹੱਥ ਤੋਂ ਬਾਹਰ ਅੰਦਰ ਨੀ ਕਿਸੇ ਦਾ ਮਾਰਿਆ। ਇਸ ਲਈ ਵੀ ਨਵਾਬ ਸਾਹਿਬ ਦਾ ਵਾਕ ਸੀ ਕੋਈ ਇੱਥੇ ਵੀ ਇੱਥੇ ਕੋਈ ਮਾਰ ਨੀ ਸਕਦਾ, ਇੱਥੇ ਉਹ ਮੰਨਦੇ ਸੀਗੇ ਜੋਗਿੰਦਰ ਸਿੰਘ ਹੁੰਦਾ ਸੀਗਾ, ਤੇ ਇਹ 2-3 ਬੰਦੇ ਮੈਂ ਦੇਖੇ ਨੇ, ਹੋਰ ਨੀ ਮੈਂ ਦੇਖੇ।
ਕੀ ਕਰਦੇ ਹੁੰਦੇ ਸੀ ਜੀ? ਇਹ ਤਾਂ ਜੀ ਮੈਂ ਮਾਲ ਲੁੱਟ ਲੈਣਾ, ਮਾਰ ਕੇ ਸਿੱਟ ਦੇਣਾ ਪਹਿਲੇ ਜਿਹੜੇ ਮਾਲ ਲੈ ਕੇ ਆਉਂਦੇ ਹੁੰਦੇ ਜੀ। ਮੁਸਲਮਾਨ ਜਿਹੜੇ ਬਲਵੰਤ ਸਿੰਘ ਨੇ ਵੀ ਲੁੱਟਿਆ ਬਲੂੰਦੀ ਵਾਲੇ ਨੇ। ਲੋਕਾਂ ਦੀ ਫੈਮਿਲੀਜ਼ ਨੂੰ ਪਤਾ ਹੈ ਵੀ ਇਹਨਾਂ ਦੇ ਬਜ਼ੁਰਗਾਂ ਨੇ ਕੀ ਕੰਮ ਕੀਤੇ ਹੋਏ? ਕਿਹੜੇ ਜਿਹਨੇ ਸ਼ਖਸੀਅਤਾਂ ਦੇ ਤੁਸੀਂ ਨਾਮ ਦੱਸ ਰਹੇ ਹੋ? ਜਿਹੜੇ ਬੰਦੇ ਜਿਹੜੇ ਜਿਹਨਾਂ ਨੇ ਮਾਲ ਲੁੱਟੇ ਸੰਜਵੇ ਕੋਣ ਸੀ? ਕੋਣ ਦੀ ਸਾਰੀ ਫੈਮਿਲੀ ਖਤਮ ਹੋ ਗਈ, ਆਪ ਬੜੇ ਬੁਰੇ ਹਾਲ, ਕੋਣ ਵੀ ਬੁਰੇ ਹਾਲ ਹੋ ਕੇ ਮਰਿਆ। ਠੀਕ ਹੈ, ਅਦਾਲਤਾਂ ਦੇ ਵਿੱਚ 2-2 ਰੁਪਏ ਮੰਗਦਾ ਰਿਹਾ। ਮੈਨੂੰ ਪਤਾ ਜੀ ਦਿਸ਼ਾ ਹੋਈ ਇਹਨਾਂ ਦੀ ਫੈਮਿਲੀ। ਲੋਕਾਂ ਨੂੰ ਪਤਾ ਵੀ ਜਿਹੜੇ ਲੋਕਾਂ ਨੇ ਕੰਮ ਕੀਤੇ, ਤੁਸੀਂ ਜਿਹਨਾਂ ਨੂੰ ਇਹਨਾਂ ਦੇ ਜਾਣਦੇ ਸੀ ਉਹਨਾਂ ਦੇ ਕੀ ਹਾਲ ਹੋਏ, ਜਿਹਨਾਂ ਨੇ ਮੁਸਲਮਾਨ ਮਾਰੇ ਤੇ ਲੋਕਾਂ ਨੂੰ। ਹੁਣ ਨਵੀਂ ਜਨਰੇਸ਼ਨ ਨੂੰ ਕੀ ਪਤਾ ਜੀ? ਆਪਾਂ ਨੂੰ ਤਾਂ ਪਤਾ ਨਹੀਂ, ਆਪਾਂ ਨੂੰ ਤਾਂ ਪਤਾ। ਠੀਕ ਹੈ ਜੀ, ਦੀਵਾਨਾ ਜੀ ਕੋਈ ਉੱਪਰ ਵਾਲੀ ਸ਼ਕਤੀ ਹੈ ਜਿਹੜੀ ਉਹ ਜ਼ਰੂਰ ਦੇਖਦੀ ਹੈ ਜਿਹਨਾਂ ਨੇ ਐਸੇ ਜ਼ੁਲਮ ਕੀਤੇ ਆ ਇਨਸਾਨੀਅਤ ਤੋਂ ਗਿਰੇ। ਉਹ ਦਰਸ ਇੱਕ ਖਿਆਲ ਹੈ, ਆਪਣੀ ਆਤਮਾ ਦੀ ਆਵਾਜ਼ ਹੈ। ਉਹ ਤਾਂ ਕੁਛ ਨਹੀਂ ਕਹਿੰਦਾ, ਕਿਸੇ ਨੂੰ ਕਹਿੰਦਾ ਨਹੀਂ ਮਾਰੋ, ਕਿਸੇ ਨੂੰ ਕਹਿੰਦਾ। ਉਹ ਤਾਂ ਇੱਕ ਆਪਣੇ ਦਿਲ ਦੀ ਵੀ ਆਵਾਜ਼ ਹੈ, ਜਾਂ ਆਪਣੇ ਗ੍ਰੰਥ ਦੱਸਦੇ ਨੇ ਵੀ ਕਿਸੇ ਦਾ ਬੁਰਾ ਕਰੋ ਆਪਣਾ ਹੁੰਦਾ, ਕਿਸੇ ਨੂੰ ਮਾਰੋ ਉਹਦੀ ਸਜ਼ਾ ਮਿਲਦੀ ਹੈ ਲਾਜ਼ਮੀ ਤੌਰ ਦੇ ਉੱਤੇ। ਲੇਕਿਨ ਇਹ ਦੇਖਿਆ ਕਿਸੇ ਥੋੜ੍ਹਾ, ਜਿਹੜੇ ਸਮਝਦੇ ਨੇ ਉਹ ਕਰਦੇ, ਉਹ ਦੇਖਦੇ ਵੀ ਨਹੀਂ। ਹੁਣ ਮੈਂ ਆਪਣੀ ਸ਼ੇਖੀ ਨਹੀਂ ਹੈ, ਜੇ ਕਿਸੇ ਦਾ ਨਹੀਂ ਹੁੰਦਾ ਕਿਸੇ ਦਾ ਬੁਰਾ ਨਹੀਂ ਕਰੀਦਾ। ਦੀਵਾਨਾ ਜੀ ਮੈਂ ਨੌ ਲੈ ਦਿੰਦਾ, ਮਤਲਬ ਜੋ ਮੇਰੇ ਕੰਨੀ ਪਿਆ ਇੱਕ ਨੱਥਾ ਸਿੰਘ ਮੌੜ ਜਥੇਦਾਰ ਹੁੰਦਾ ਸੀ। ਹਾਂ ਹੁੰਦਾ ਸੀ, ਆਪਣੇ ਦੁੱਧੀ ਹੱਟੀ ਹੁੰਦਾ ਸੀ, ਮੈਨੂੰ ਪਤਾ ਜੀ, ਮੈਂ ਜਾਣਦਾ ਉਹਦੇ ਉਹਦੇ ਲੜਕੇ ਨੂੰ ਵੀ ਜਾਣਦਾ ਹੁੰਦਾ ਸੀ। ਹਾਂਜੀ, ਕੁਛ ਕੰਨੀ ਪਿਆ ਕਿ ਉਹਨੇ ਵੀ ਲੁੱਟ ਮਾਰ ਕੀਤੀ ਹੈ ਜੀ। ਉਹ ਪਰਿਵਾਰ ਬੜਾ ਬੜਾ ਬਰਬਾਦੀ ਨਾ ਮਰਿਆ ਜੀ ਆਪਣੇ। ਠੀਕ ਹੈ ਜੀ, ਅੱਛਾ ਪਤਾ ਨਹੀਂ ਜੀ, ਮਾਫ ਕਰੇ। ਆ ਚੌਂਕ ਜੀ ਹੱਟੀ ਹੁੰਦੀ ਸੀ ਜੀ ਉਹਦੀ, ਜਿੱਥੇ ਰਮੇਸ਼ ਦੀ ਹੈ ਨਾ ਕੱਪੜੇ ਵਾਲੇ ਦੀ, ਜਗਦੀਸ਼ ਪਾਨ ਵਾਲੇ ਦੇ ਸਾਹਮਣੇ ਇੱਥੇ ਹੱਟੀ ਹੁੰਦੀ ਸੀ। ਅੱਛਾ, ਹੁਣ ਇੱਕ ਹੋਰ ਬਜ਼ੁਰਗ ਸੀਗੇ ਜਿਹਨਾਂ ਨੇ ਬੜਾ ਆਪਣੀਆਂ ਪਦਵੀਆਂ ਵੀ ਹਾਸਿਲ ਕਰਨੀਆਂ, ਪੈਸਾ ਵੀ ਹਾਸਿਲ ਕਰ ਲਿਆ, ਸੰਤਾ ਸਿੰਘ ਜੀ। ਸੰਤਾ ਸਿੰਘ, ਹਾਂ ਉਹਨਾਂ ਬਾਰੇ ਵੀ ਜੀ, ਰੱਬ ਝੂਠ ਨਾ ਬੁਲਾਵੇ, ਮੇਰੇ ਕੰਨੀ ਪਿਆ ਕਿ ਉਹਨਾਂ ਨੇ ਵੀ ਕੁਛ ਕੀਤਾ ਸੀ। ਉਹਨਾਂ ਦਾ ਪਰਿਵਾਰ ਵੀ, ਉਹ ਆਪਣਾ ਇੱਕ ਕਿਸਮ ਦਾ ਹੈੱਡ ਹੁੰਦਾ ਸੀ, ਮਾਲ ਉਹਦੇ ਕੋਲ ਜਾਂਦਾ ਸੀ। ਇਹ ਸਹੀ ਗੱਲ ਹੈ, ਮੇਰੇ ਤਾਂ ਉਹ ਸਾਥੀ ਰਹੇ ਨੇ, ਐਸੀ ਗੱਲ ਹੈ। ਮੇਰੇ ਤਾਂ ਉਹ ਸਾਥੀ ਰਹੇ ਨੇ ਜੀ, ਮੈਂ ਜਾਣਦਾ ਅੱਛੀ ਤਰ੍ਹਾਂ। ਬਰਬਾਦ ਹੋਇਆ ਜੀ ਉਹਨਾਂ ਦੇ ਭਾਈ ਚੋਕੇ ਦੋਨੋਂ ਵੀ ਗਏ। ਸੰਤਾ ਸਿੰਘ ਯਾਸ਼ ਵੀ ਦੀ, ਐਸੀ ਗੱਲ ਨਹੀਂ ਸੀ, ਯਾਸ਼ ਵੀ ਪੂਰਾ ਸੀ। ਹੋਰ ਦੀਵਾਨਾ ਜੀ ਕੋਈ ਆਪਣਾ ਰੂਹਾਨੀ ਜਿਹਨੂੰ ਆਪਾਂ ਕਹਿੰਦੇ ਆ ਕੋਈ ਅਨੁਭਵ ਆਪਣਾ, ਔਰ ਜਿਹਨੂੰ ਆਪਾਂ ਕਹਿੰਦੇ ਆ ਕਿ ਇਨਸਾਨੀਅਤ ਦਾ ਜੀਵਨ ਤਾਂ ਹੈ ਹੀ, ਕਈ ਗੱਲਾਂ ਜ਼ਿੰਦਗੀ ਚ ਉਸ ਤੋਂ ਬੜੀਆਂ ਹੱਟ ਕੇ ਹੋ ਜਾਂਦੀਆਂ ਜੀ। ਮਹਾਂਪੁਰਸ਼ ਮਿਲ ਜਾਂਦੇ ਆ, ਆਪਣੇ ਮਨ ਚ ਕੋਈ ਵਿਚਾਰ ਹੁੰਦਾ, ਕੋਈ ਘਟਨਾ ਹੋ ਜਾਂਦੀ ਹੈ। ਆਪਣੀ ਤਾਂ ਜੀ ਹੁਣ ਇਹੀ ਹੈ, ਸਾਰਾ ਜੀਵਨ ਦੇਖ ਲਿਆ ਜੀ, ਇਹੀ ਹੈ ਵੀ ਕਿਸੇ ਦੀ ਬੁਰੀ ਨਾ ਕਰੋ, ਕਿਸੇ ਦਾ ਬੁਰਾ ਤੱਕੋ ਨਾ, ਜੇ ਕੋਈ ਬੁਰਾ ਹੈ ਉਹ ਤੋਂ ਬਚ ਜਾਓ, ਲੇਕਿਨ ਉਹਦਾ ਬੁਰਾ ਨਾ ਕਰੋ। ਆਪਣਾ ਆਪੇ ਜੀ ਉਹਦੀ ਸਜ਼ਾ ਆਪੇ ਉਹਨੂੰ ਮਿਲ ਜੂ, ਕੋਈ ਹੋਰ ਦੇ ਦੂਗਾ। ਅਤੇ ਆਪਣੇ ਅੱਛੇ ਦੀ ਸੰਗਤ ਕਰੋ, ਜਿੱਥੇ ਹੈ ਮਾੜੀ ਮੋਟੀ ਅੱਛੀ ਗੱਲ ਸੁਣੋ, ਅੱਛੀ ਦੱਸੋ। ਅਤੇ ਹੁਣ ਬੁਲਾਉਂਦੇ ਨੇ, ਆਹੀ ਜਿਵੇਂ ਬੁਲਾ ਲਿਆ,
ਸਤਿਕਾਰ ਕਰਦੇ ਨੇ 15-26 ਜਨਵਰੀ ਨੂੰ, 15 ਅਗਸਤ ਨੂੰ, ਨਹੀਂ ਜ਼ਿਆਦਾ ਦੂਰ ਜਾਈਦਾ, ਗਵਰਨਰ ਪੰਜਾਬ ਦੀ ਵੀ ਆਉਂਦੀ ਹੈ ਚਿੱਠੀ, ਡੀ ਸੀ ਸਾਹਿਬ ਵੀ ਆਉਂਦੀ ਹੈ ਸੰਗਰੂਰੋਂ, ਪਹਿਲਾਂ ਚਲੇ ਜਾਂਦੇ ਸੀ, ਭਾਵਰੀ ਹੁੰਦਾ ਸੀ, ਉਹ ਆ ਕੇ ਆਪ ਕਾਰ ਆਉਣੀ ਲੈ ਕੇ ਜਾਣੀ। ਮੈਂ ਤਾਂ ਜੀ ਦੇਰ ਹੋ ਗਈ, ਹੁਣ ਮਿਲੇ ਨਹੀਂ ਹਨ ਵੈਸੇ, ਅਤੇ ਉਹਨਾਂ ਨੇ ਆਪ ਕਾਰ ਭੇਜਣੀ, ਆਪ ਹੀ ਲੈ ਕੇ ਜਾਣਾ ਮੰਡੀ ਬੋਲ ਕੇ, ਉਹਨਾਂ ਨੇ ਆਪੇ ਕੋਲੇ ਕੋਲੇ ਤੋਂ ਫਿਰ ਸੰਗਰੂਰ ਫਿਰ ਛੱਡ ਕੇ ਜਾਣਾ ਅਹਿਮਦਗੜੇ। ਵੈਸੇ ਮਜ਼ਹਬੀ ਜਨੂਨ ਘੱਟ ਸੀ, ਗੁੰਡਿਆਂ ਦਾ ਹੱਥ ਸੀ, ਗੁੰਡਿਆਂ ਨੇ ਮਜ਼ਹਬ ਦੀ ਆੜ ਲੈ ਕੇ ਉਹਨਾਂ ਨੇ ਲੁੱਟਣਾ ਸ਼ੁਰੂ ਕੀਤਾ। ਇਹ ਤਾਂ ਗੱਲ ਠੀਕ ਹੈ ਵੀ ਜਿਹੜਾ ਉੱਧਰ ਹੋਇਆ ਉੱਧਰੋਂ ਭੱਜ ਗਏ, ਉੱਧਰ ਮੁਸਲਮਾਨਾਂ ਨੇ ਕਤਲ ਕੀਤੇ, ਇੱਧਰੋਂ ਉਹਦਾ ਇਹਨਾਂ ਨੇ ਵੀ ਦਿੱਤਾ ਆਪਣਾ ਮੁਆਵਜ਼ਾ ਵੀ ਇਹਨੇ ਉੱਧਰ ਵੀ ਕਤਲ ਹੋਏ, ਲੇਕਿਨ ਜ਼ਿਆਦਾਤਰ ਗੁੰਡਿਆਂ ਨੇ ਲੁੱਟਿਆ, ਗੁੰਡਿਆਂ ਨੇ ਕੀਤਾ। ਜਿਹੜੀ ਸ਼ਰੀਫ ਆਦਮੀ ਸੀ ਉਹ ਚੁੱਪ ਕਰਕੇ ਘਰਾਂ 'ਚ ਬੈਠੇ ਰਹੇ। ਉਹ ਹੁਣ ਤਾਂ ਠੀਕ ਸੀ ਵੀ ਇੰਨਾ ਮਹਿਸੂਸ ਕਰਦੇ ਰਹੇ ਨੇ ਵੀ ਬੁਰਾ ਹੋ ਰਿਹਾ, ਜੋ ਕੁਛ ਹੋ ਰਿਹਾ, ਉੱਠ ਕੇ ਤਾਂ ਕਿਸੇ ਨੇ ਨਹੀਂ ਹਾਦਮ ਨਾ ਘਰਾਂ 'ਚ ਉੱਠ ਕੇ ਜੀ, ਇੰਨੀ ਤਾਕਤ ਨਹੀਂ, ਤਾਕਤ ਬੋਲਣ ਦੀ ਤਾਕਤ ਨਹੀਂ ਸੀ, ਘਰ ਬੈਠ ਕੇ ਚਾਰ ਆਦਮੀ ਗੱਲਾਂ ਕਰ ਲੈਣ ਲੈਦਾ ਜੀ। ਸਰਕਾਰ ਨੇ ਕੀ ਕਰਨਾ, ਸਾਡੇ ਵਰਗੇ ਤਾਂ ਐਲਾਨੀਆਂ ਬੋਲੇ ਨੇ ਜੀ, ਘਰਾਂ ਜਾ ਕੇ ਰਾਸ਼ਨ ਦਾ ਐਲਾਨੀਆਂ ਜਲਸੇ ਬੋਲੇ ਵੀ ਆ। ਇਹ ਵੀ ਕਹਿਤਾ ਸੀ ਵੀ ਜਿਹਨੇ ਆ ਕੇ ਮਾਰਨਾ ਮਾਰ ਲਓ, ਜਿਹਨੇ ਕਤਲ ਕਰਨਾ ਕਰ ਲਓ, ਇੱਕ ਦਿਨ ਮਰਨਾ, ਜਿਹੜੀ ਲਿਖੀ ਹੋਈ ਹੈ ਉਹਨੇ ਆਉਣਾ ਹੀ ਆਉਣਾ। ਇੰਨੀ ਜ਼ੁਰਤ ਸੀ ਸਰਦਾਰ ਬਹਾਦਰ, ਔਰ ਹੁਣ ਵੀ ਹੈ ਵੀ ਕੰਮ ਕਰਦੇ ਹਾਂ ਠੀਕ ਹੈ, ਜਿੰਨਾ ਹੁੰਦਾ ਉਹਨਾਂ ਨਹੀਂ ਕਰ ਸਕਦੇ ਠੀਕ ਹੈ, ਅੱਛੀ ਸੋਚਦੇ ਹੈ, ਜਾਣਾ ਉਹ ਬੋਲਦੇ ਹੈ, ਵੈਸੇ ਇੰਨਾ ਜ਼ਿਆਦਾ ਨਹੀਂ ਹੁਣ ਕਹਿ ਸਕਦੇ। ਇੱਕ ਚੀਜ਼ ਕਹਿ ਦਿੰਦੇ ਹਾਂ, ਜੇ ਕੋਈ ਜਲਸਾ ਹੁੰਦਾ 26-15 ਅਗਸਤ ਨੂੰ ਵੀ ਕੋਈ ਤੁਸੀਂ ਗਲਤ ਸਮਝਦੇ ਹੋ ਚੀਜ਼ ਸ਼ਹਿਰ ਲਈ, ਸ਼ਹਿਰ ਦੀ ਤਰੱਕੀ ਲਈ, ਤਾਂ ਜੀ ਵੀ ਹੁਣ ਬਿਠਾ ਦਿਓ, ਜਦੋਂ ਉੱਠਾਂਗੇ ਜਾਂ ਮਰ ਕੇ ਉੱਠਾਂਗੇ ਜਾਂ ਕੋਈ ਲੈ ਕੇ ਉੱਠਾਂਗੇ, ਇੰਨੀ ਕਹਿ ਸਕਦੇ। ਇਸ ਤੋਂ ਵੱਧ ਕੁਛ ਨਹੀਂ ਹੈ, ਘਰਦਿਆਂ ਨੂੰ ਪਿੱਛੋਂ ਤੁਸੀਂ ਸੰਭਾਲ ਲਿਓ। ਇਹ ਕਿਹੜੇ ਸਾਲ ਦਾ ਯਾਦ ਹੈ ਤੁਹਾਨੂੰ, ਕਦੋਂ ਲਿਖਿਆ ਗਿਆ ਸੀ ਜੀ? ਇਹ ਤਾਂ ਕੋਈ ਹੈ ਜੀ 15-16 ਸਾਲ ਦੀ ਉਮਰ ਦੀ ਗੱਲ ਹੈ, ਮੇਲੇ ਤੇ, ਛਪਾਰ ਦੇ ਮੇਲੇ ਤੇ। ਬਹੁਤ ਅੱਛਾ ਲਿਖਿਆ, ਆ ਵੀ ਗਲਤ ਲਿਖਿਆ ਗਿਆ ਜੀ, ਸੀ ਕੇ ਮੈਂ ਤੁਹਾਨੂੰ ਪੁੱਛਿਆ ਜੀ, ਇਹ ਵੀ ਗਲਤ ਲਿਖਿਆ ਗਿਆ, ਮੈਨੂੰ ਇੰਨੀ ਆਉਂਦੀ ਨਹੀਂ ਸੀ ਅੰਗਰੇਜ਼ੀ। ਅੱਛਾ, ਅਸੀਂ ਸਾਨੂੰ ਮੈਂ ਤਾਂ ਚੰਨਨ ਕਪੂਰ ਕੋਤ ਚੰਮ ਖੱਤਰੀ ਕਹਿੰਦੇ ਨੇ, ਮੈਂ ਸੀ ਦਾ ਚੰਮ ਕਹਿੰਦਾ ਕਰਕੇ ਨਹੀਂ ਕਰਦੇ ਕਹਿੰਦੇ। ਇਹ ਆਪਣੇ ਜਿਹੜਾ ਹੈਗਾ, ਇਹ ਮੈਂ ਮਾਫੀ ਦਾ ਜੀ, ਮੰਗਲਵਾਰ ਦਾ ਵਰਤ ਹੁਣ ਵੀ ਰੱਖਦਾ ਮੈਂ, ਕਿਸੇ ਨੂੰ ਨਾ ਪੁੱਛਣ ਦੀ ਜ਼ਰੂਰਤ ਨਹੀਂ। ਜੀ ਆਪਣੇ ਜਨ ਵਾਲੇ ਅਮਰਨਾਥ ਜੀ ਦੇ ਬੇਟੇ ਨੇ ਮੇਰੇ ਜਵਾਬ ਦੀ 12 ਸਾਲ ਪਵਨ ਜੀ, ਹਾਂਜੀ ਹਾਂ ਠੀਕ ਹੈ। ਅਸੀਂ ਦੀਵਾਨਾ ਜੀ 12 ਸਾਲ ਕਲਾਸ ਫੈਲੋ ਰਹੇ ਹਾਂ, BA ਅਸੀਂ ਇਕੱਠੇ ਕਮਰੇ, ਮੇਰਾ ਤਾਂ ਜੀ ਇਸ ਪਰਿਵਾਰ ਨਾਲ ਬਹੁਤ ਸੰਬੰਧ ਹੈ, ਮੇਰੀ ਤਾਂ ਭਾਣਜੀ ਹੈ ਜੀ, ਇਸ ਘਰ ਮੇਰੀ ਵੱਡੀ ਭੈਣ ਦੀ ਲੜਕੀ ਯਸ਼ਪਾਲ ਦੇ ਘਰ ਸੀ, ਤਾਂ ਹੁਣ ਵੀ ਹੈ ਜੀ, ਵੈਸੇ ਉਹ ਯਸ਼ਪਾਲ ਦਾ ਨਹੀਂ ਰਿਹਾ। ਪਵਨ ਨੇ ਜੀ ਇੰਡੀਅਨ ਪੁਲਿਸ ਸਰਵਿਸ ਦੀ